ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਪਹਿਲੇ ਐਪੀਸੋਡ ਪਿੰਡ ਤੋਂ ਪਰਦੇਸ। ਇਹਦੇ ਵਿੱਚ ਆਪਾਂ ਅੱਜ ਗੱਲਾਂ ਕਰਾਂਗੇ ਪਿੰਡ ਤੋਂ ਪਰਦੇਸ ਦੇ ਸਫ਼ਰ ਦੀਆਂ। ਪਿੰਡ ਤੋਂ ਪਰਦੇਸ ਦਾ ਸਫ਼ਰ ਉਹ ਜਿਹਦੇ ਵਿੱਚ ਆਪਾਂ ਸਫ਼ਰ ਨੂੰ ਤਾਂ 15 ਤੋਂ 20 ਘੰਟੇ ਕਹਿ ਸਕਦੇ ਹਾਂ ਤੇ ਇਹ 15 ਤੋਂ 20 ਘੰਟੇ ਦੌਰਾਨੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ, ਨਵੇਂ ਰਾਹ, ਨਵੇਂ ਲੋਕ, ਨਵੀਂ ਭਾਸ਼ਾ ਆਉਂਦੀ ਹੈ ਤੇ ਬਹੁਤ ਬਦਲਾਅ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਸਫ਼ਰ ਕਰਨ ਵਾਲੇ ਕਰਾਹੀ ਮਰਾ ਵੀਰ ਤੁਹਾਡੇ ਵਿੱਚ ਪਹੁੰਚਿਆ ਜਿਹਦੇ ਨਾਲ ਅੱਜ ਕਰਾਂਗੇ ਦਿਲ ਦੀਆਂ ਗੱਲਾਂ ਤੇ ਪਿੰਡ ਤੋਂ ਪ੍ਰਦੇਸ਼ ਦੇ ਸਫ਼ਰ ਦੀਆਂ ਹਾਂਜੀ ਵੀਰੇ ਕਿੱਦਾਂ ਜੀ ਕੀ ਹਾਲ ਚਾਲ ਆ ਪਹਿਲਾਂ ਤੇ ਇੱਕ ਛੋਟੀ ਜੀ ਇੰਟਰੋਡਕਸ਼ਨ ਦੇ ਆਪਣੇ ਬਾਰੇ ਹਾਂਜੀ ਸਾਰਿਆਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਤੇ ਮੇਰਾ ਨਾਮ ਜਸਕਰਨ ਸਿੰਘ ਹੈ ਤੇ ਮੇਰਾ ਛੋਟਾ ਜਿਹਾ ਪਿੰਡ ਪਿੰਡ ਬਿਲਪੁਰ ਜੋ ਜ਼ਿਲ੍ਹਾ ਰੋਪੜ ਦੇ ਵਿੱਚ ਪੰਜਾਬ ਦੇ ਵਿੱਚ ਪੈਂਦਾ ਜੀ ਤੇ ਮੈਂ 2016 ਦੇ ਵਿੱਚ ਨਿਊਜ਼ੀਲੈਂਡ 31 ਦਸੰਬਰ ਨੂੰ ਐਜ਼ ਅ ਸਟੂਡੈਂਟ ਆਇਆ ਸੀ ਤੇ ਆ ਮੇਰੀ ਥੋੜੀ ਜੀ ਇੰਟਰੋਡਕਸ਼ਨ ਛੋਟੀ ਜੀ ਹੈ ਠੀਕ ਹੈ ਵੀ ਜਿੱਦਾਂ ਤੁਸੀਂ ਕਿਹਾ ਤੁਸੀਂ ਸਟੂਡੈਂਟ ਵੀਜ਼ੇ ਤੇ ਆਏ ਸੀ ਨਾ ਨਿਊਜ਼ੀਲੈਂਡ ਕਿਉਂਕਿ ਜਿਹੜਾ ਬੰਦਾ ਸਟੂਡੈਂਟ ਵੀਜ਼ੇ ਤੇ ਆਇਆ ਹੁੰਦਾ ਲਗਭਗ ਤਾਂ ਪਲੱਸ 2 ਕਰਕੇ ਵੀ ਆਉਂਦੇ ਹਨ ਤੇ ਉਦੋਂ ਆਪਣੀ ਮਤ ਨਿਆਣੀ ਹੁੰਦੀ ਆ ਠੀਕ ਆ ਇੰਨੀ ਉਮਰ ਵੀ ਨਹੀਂ ਹੁੰਦੀ ਤੇ ਉਹ ਸਮੇਂ ਆਪਣੇ ਦਿਲ ਦੇ ਵਿੱਚ ਇੰਨੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਵੀ ਆਹ ਕਰਾਂਗੇ ਉਹ ਕਰਾਂਗੇ ਜਿੱਦਾਂ ਤੁਸੀਂ ਆਈਲੈਂਡਸ ਕਰਨ ਲੱਗੇ ਆਈਲੈਂਡਸ ਕਰਦੇ ਸਮੇਂ ਵੀ ਕੋਈ ਏਡੇ ਵੱਡੇ ਡ੍ਰੀਮ ਨਹੀਂ ਹੁੰਦੇ ਉਦੋਂ ਤੇ ਆਪਣੇ ਮਨ 'ਚ ਇਹੀ ਗੱਲਾਂ ਚੱਲਦੀਆਂ ਰਹਿੰਦੀਆਂ ਆ অস্ট্রেলিয়া ਜਾਵਾਂਗੇ ਨਿਊਜ਼ੀਲੈਂਡ ਜਾਵਾਂਗੇ ਕੋਈ ਉਹ ਸੋਚਦਾ ਵੀ ਹਾਂ ਮੈਂ ਇੱਥੇ ਜਾਵਾਂਗਾ ਉੱਥੇ ਜਾਵਾਂ ਕੋਈ ਵਿਰਲਾ ਹੀ ਸੋਚਦਾ ਨਹੀਂ ਤੇ ਉਦੋਂ ਤੇ ਆਪਣੇ ਮਨ ਦੇ ਵਿੱਚ ਇਹੀ ਗੱਲਾਂ ਚੱਲਦੀਆਂ ਰਹਿੰਦੀਆਂ ਵੀ ਹਾਂ ਬਸ ਇੱਕ ਵਾਰੀ ਆਈਲੈਂਡਸ ਹੋ ਜੇ ਤੇ ਬਸ ਅੱਜ ਮੈਦਾਨ ਜਿੱਤ ਲੈਣਾ ਉਦੋਂ ਹੀ ਆਪਾਂ ਨਾ ਤੇ ਪਰ ਉਦੋਂ ਆਪਾਂ ਨੂੰ ਉਮਰ ਨਿਆਣੀ ਕਰਕੇ ਇਹ ਕੁਝ ਪਤਾ ਨਹੀਂ ਹੁੰਦਾ ਸਭ ਕੁਝ ਵੀ ਇਹ ਤਾਂ ਜੇ ਟ੍ਰੇਲਰ ਆ ਗੱਲਾਂ ਫਿਲਮ ਤਾਂ ਅਜੇ ਬਾਜਾ ਸ਼ੁਰੂ ਹੋਣੀ ਹੈ ਹਨਾ ਤੇ ਇਸੇ ਕਰਕੇ ਅੱਜ ਆਪਾਂ ਕਰਾਂਗੇ ਤੁਹਾਡਾ ਗੱਲਾਂ ਪਹਿਲਾਂ ਜਿੱਥੋਂ ਸ਼ੁਰੂਆਤ ਹੋਈ ਪਾਸਟੂ ਤੋਂ ਬਾਅਦ ਆਈਲੈਂਡਸ ਦੱਸੋ ਉਹਲਾ ਸਫਰ ਕਿਦਾਂ ਰਿਹਾ ਤੁਹਾਡਾ ਮੈਂ 2016 ਦੇ ਵਿੱਚ 12ਵੀਂ ਕੀਤੀ ਜੀ ਆਪਣੀ ਤੇ 12ਵੀਂ ਕਰਕੇ ਤੇ ਜਦੋਂ ਉਦੋਂ ਆਪਣਾ ਇੱਕ ਬਹੁਤ ਵੱਡਾ ਇੱਕ ਮਿਸ਼ਨ ਹੁੰਦਾ ਜੀ ਵੀ ਆਪਾਂ ਨੇ ਹੁਣ ਕੀ ਕੀਤਾ ਜਾਵੇ ਤੇ ਹਰੇਕ ਘਰਦਿਆਂ ਦੇ ਨਾਲ ਹਾਂ ਜੀ ਹਰੇਕ ਬੰਦੇ ਨਾਲ ਗੱਲਬਾਤ ਕੀਤੀ ਜੀ ਹੈ ਨਾ ਕਿਉਂਕਿ ਉਸ ਅਸੀਂ ਆਪਣਾ ਆਪਣਾ ਜਿਹੜਾ ਫਿਊਚਰ ਸੀ ਆਪ ਨਹੀਂ ਸਿਲੇਕਟ ਕਰਦੇ ਆਪਾਂ ਕੀ ਪੜਨਾ ਤੇ ਬਾਅਦ ਇੱਕ ਦੋ ਚਾਚੇ ਤੇ ਰਾਇਲੇ ਲਈ ਹੈ ਨਾ ਕਿ ਹੋਰਾਂ ਤੇ ਰਿਸ਼ਤੇਦਾਰਾਂ ਤੇ ਰਾਇਲੇ ਲਈ ਉਹ ਵੀ ਬਸ ਗੱਲਾਂ ਕਰ ਕਰਕੇ ਜੀ ਮੈਨੂੰ ਨੋਨ ਮੈਡੀਕਲ ਕਰਵਾ ਦਿੱਤਾ ਜੀ ਉਹਨੇ ਨੋਨ ਮੈਡੀਕਲ ਕਰਕੇ ਤੇ ਬਾਅਦ ਫੇਰ ਦੁਬਾਰਾ ਵੀ ਹੁਣ ਕੀਤਾ ਕੀ ਜਾਵੇ ਬਾਅਦ ਵੀ ਤੋ ਬਾਅਦ ਫੇਰ ਦੁਬਾਰਾ ਜੀ ਫੇਰ ਬੜਾ ਟਾਸਕ ਇੱਕ ਮੁਕਾ ਬਣ ਜਾਂਦਾ ਜੀ ਤੇ ਉਸ ਤੋਂ ਬਾਅਦ ਜੀ ਫੇਰ ਮੇਰੇ ਜਦੋਂ ਮੇਰੇ ਨਾਲ ਦੇ ਤਿੰਨ ਚਾਰ ਜਿਹੜੇ ਮੇਰੇ ਨਾਲ ਮੁੰਡੇ ਪੜ੍ਹਦੇ ਸੀ ਹੈ ਨਾ ਤੇ ਉਹਨਾਂ ਦਾ ਵਿਚਾਰ ਸੀ ਵੀ ਚਲੋ ਅਸੀਂ ਬਾਹਰ ਚਲੀਏ ਅਬਰੋਡ ਇੱਕ ਉਸ ਲਈ ਸਾਡੇ ਉਸ ਟਾਈਮ ਸਾਡੇ ਲਈ ਅਬਰੋਡ ਛਾ ਉਹ ਵੱਡਾ ਹੁੰਦਾ ਸੀ ਮੇ ਪਤਨੀ ਬਰੋਡ ਬਰੋਡ ਕੀ ਕਹਿੰਦੇ ਨਾ ਵੀ ਬਾਹਰ ਜਾਣਾ ਬਾਹਰ ਜਾਣਾ ਤੇ ਬਾਜੇ ਉਹਨਾਂ ਦੇ ਹਵਾ ਦੇ ਵਿੱਚ ਉਸ ਟਾਈਮ ਕਹਿੰਦੇ ਬਾਹਰ ਦੀ ਹਵਾ ਚੱਲਦੀ ਦੇ ਵਿੱਚ ਮੈਂ ਵੀ ਉਸ ਦੇ ਹਵਾ ਦੇ ਵਿੱਚ ਬਹਿ ਗਿਆ ਜੀ ਤੇ ਉਹ ਹਵਾ ਦੇ ਵਿੱਚ ਬਹਿਣ ਕਰਕੇ ਤੇ ਫਿਰ ਅਸੀਂ ਚੰਡੀਗੜ੍ਹ ਮੈਂ ਆਪਣੀ ਆਈਲਾਈਟਸ ਕੀਤੀ ਜੀ ਤੇ ਉੱਥੇ 2 ਮਹੀਨੇ ਲਾਏ ਜਦੋਂ ਆਪਾਂ ਗਏ ਅਸੀਂ 3-4 ਜਣੇ ਗਏ ਜੀ ਆਈਲਾਈਟਸ ਕਰਨ ਵਾਸਤੇ ਦੇ ਵਿੱਚ ਜਦੋਂ ਪਹਿਲੀ ਵਾਰ ਅਸੀਂ ਗਏ ਪੜਨ ਜੀ ਉੱਥੇ ਗਏ 3 ਜਣੇ ਜਦੋਂ ਉੱਥੇ ਜੀ ਉਹ ਦੋ ਨੇ ਮੇਰੇ ਨਾਲ ਦੋਨੇ ਹੀ ਕਮਰਾ ਛੱਡ ਕੇ ਚਲ ਗਏ ਜੀ ਭੱਜ ਗਏ ਮਤਲਬ ਉਹ ਇੱਕਦਮ ਸਾਨੂੰ ਡਰ ਪੈ ਗਿਆ ਵੀ ਆਈਲਾਈਟਸ ਬਣੀ ਕੀ ਹੁੰਦੀ ਹੈ ਨ ਤੇ ਵੀ ਆਹ ਤੁਹਾਨੂੰ ਪਤਾ ਜੀ ਇਹ ਜ਼ਿੰਦਗੀ ਹੋਈ ਇਦਾਂ ਦੀ ਜੀ ਵੀ ਕੱਲੇ ਆਪਣਾ ਅਸੀਂ ਆਪ ਹੀ ਲੜਨੀ ਪੈਂਦੀ ਐ ਚੰਗੀਆਂ ਮੁਸ਼ਕਲਾਂ ਆ ਜਾਂਦੀਆਂ ਰਹਿੰਦੀਆਂ ਬੰਦੇ ਨੂੰ ਹਨਾ ਤੇ ਉੱਥੇ ਵੀ ਅਸੀਂ ਡੇਢ ਇੱਕ ਦੋ ਮਹੀਨੇ ਲਾਏ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਟੈਸਟ ਦਿੱਤਾ ਟੈਸਟ ਦੇ ਕੇ ਤੇ ਫਿਰ ਆਪਣਾ ਮਤਲਬ ਇਹ ਆਪਣਾ ਆਈਲੈਂਡਸ ਉੱਥੋਂ ਸਾਡਾ ਸਫਰ ਸਟਾਰਟ ਹੋਇਆ ਜੀ ਆਈਲੈਂਡਸ ਤੋਂ ਬਾਹਰ ਜਾਣ ਦਾ ਇਹ ਮੇਰਾ ਇੱਥੋਂ ਮੇਰਾ ਸਫਰ ਹੈ ਜੀ ਬਾਹਰ ਕਿੱਦਾਂ ਜਾਣਾ ਠੀਕ ਆ ਵੀਰੇ ਤੁਸੀਂ ਆਈਲੈਂਡਸ ਵੀ ਕਰ ਲਈ ਤੇ ਆਈਲੈਂਡਸ ਤੋਂ ਬਾਅਦ ਬੈਂਡ ਵੀ ਆ ਗਏ ਤੇ ਫਿਰ ਉਹ ਦੂਜਾ ਸਫਰ ਕਿਦਾਂ ਰਿਹਾ ਜਿੱਥੇ ਆਪਾਂ ਗੱਲ ਕਰਦੇ ਹੁਣ ਫਾਈਲ ਲੱਗੀ ਨਾ ਕਿਉਂਕਿ ਉਦੋਂ ਵੀ ਬਹੁਤ ਭੱਜ ਦੌੜ ਹੁੰਦੀ ਆ ਨਾ ਕਿਉਂਕਿ ਪਹਿਲਾਂ ਪਹਿਲਾਂ ਕੰਮ ਹੁੰਦਾ ਕਈ ਵਾਰ ਨਹੀਂ ਪਤਾ ਹੁੰਦਾ ਤੇ ਫਾਈਲ ਲੱਗੇ ਤੋਂ ਲੈ ਕੇ ਵੀਜ਼ੇ ਤੱਕ ਦਾ ਸਫਰ ਕਿਦਾਂ ਰਿਹਾ ਤੁਹਾਡਾ ਤੋਂ ਆਪਣਾ ਜੀ ਸਾਰਾ ਪੇਪਰ ਪੂਪਰ ਹੋ ਗਿਆ ਜੀ ਹਾਈਲਾਈਟਸ ਦਾ ਤੇ ਉਸ ਤੋਂ ਬਾਅਦ ਫੇਰ ਤੁਹਾਨੂੰ ਪਤਾ ਜੀ ਅੱਜ ਕੱਲ੍ਹ ਵੀ ਪੰਜਾਬ 'ਚ ਲੁੱਟਖੋ ਬਹੁਤ ਚੱਲਦੀ ਵੀ ਕੋਈ ਚੰਗੇ ਹੱਥ ਕਿਸੇ ਵਧੀਆ ਏਜੰਟ ਤੋਂ ਫਾਈਲ ਲੱਗੀ ਹੋਵੇ ਤੇ ਥੋੜਾ ਵੀਜ਼ੀ ਵੀਜ਼ਾ ਈਜ਼ੀ ਆ ਜਾਂਦਾ ਤੇ ਅੱਜ ਕੱਲ ਨੂੰ ਪਤਾ ਫਰੋਡ ਡਾਕੂਮੈਂਟ ਅੱਜ ਕੱਲ ਹਰੇਕ ਜੰਟ ਲਾ ਦਿੰਦਾ ਜੀ ਡਿਫਰੈਂਟ ਹਨ ਤੇ ਉਸ ਤੋਂ ਬਾਅਦ ਫਿਰ ਮੇਰੇ ਰਿਸ਼ਤੇਦਾਰ ਨੇ ਜੀ ਮੈਨੂੰ ਇੱਕ ਜੱਟ ਲੱਭ ਕੇ ਦਿੱਤਾ ਜਿਸ ਦਾ ਨਾਮ 38 ਸੀ ਇਹਦੇ ਵਿੱਚ ਉਹਦਾ ਆਫਿਸ ਐਕਸਲੀਮਿਗ੍ਰੇਸ਼ਨ ਹੈ ਜਿੱਥੋਂ ਮੇਰੀ ਫਾਈਲ ਲੱਗੀ ਤੇ ਉਹਨਾਂ ਕੋਲ ਆਪਰੇ ਸਾਰੇ ਡਾਕੂਮੈਂਟ ਸਬਮਿਟ ਕਰਤੇ ਜੀ ਤੇ ਮਹੀਨੇ ਇੱਕ ਡੇਢ ਮਹੀਨੇ ਬਾਅਦ ਉਹਨੇ ਮਤਲਬ ਮੇਰੀ ਫਾਈਲ ਚੁਦਾ ਵੀ ਟਾਈਮ ਲੱਗਦਾ ਹਰੇਕ ਜੋ ਇਕੱਠੇ ਕਰਨ ਜੀ ਫਿਰ ਮੈਂ ਫਾਈਲ ਲਾ ਤੀ ਡੇਢ ਮਹੀਨੇ ਬਾਅਦ ਤੇ ਮਤਲਬ ਇਹ ਹੈ ਜੀ ਵੀ ਜੋ ਨਹੀਂ ਕਰ ਕਹਿਣਾ ਜੀ ਉਹ ਤੁਹਾਨੂੰ ਕਰਨਾ ਪੈਂਦਾ ਦਾ ਵੀ ਕਿਉਂਕਿ ਇਹ ਕਿ ਤਰ੍ਹਾਂ ਫਾਈਲ ਚੱਪਾ ਆਪਣਾ ਰਿਸਕ ਨਹੀਂ ਲੈ ਸਕਦੇ ਹਨ ਤੇ ਡੈਡੀ ਹੋਣੀ ਮੇਰੇ ਕੰਮ ਜੋਬ ਕਰਦੇ ਜੀ ਉਹ ਪੰਜਾਬ ਪੁਲਿਸ ਦੇ ਵਿੱਚ ਤੇ ਉਹਨਾਂ ਕੋ ਥੋੜਾ ਸਮਾਂ ਘੱਟ ਹੁੰਦਾ ਹੋਣ ਕਰਕੇ ਮਤਲਬ ਆਪਣੀ ਆਪਣਾ ਫਾਈਲ ਦੇ ਆਪੇ ਪੇਪਰ ਡਾਕੂਮੈਂਟ ਤਿਆਰ ਕੀਤੇ ਜੀ ਫੇ ਕਦੇ ਜਾਣ ਆ ਜੀ ਕਦੇ ਕੁਝ ਚੰਡੀਗੜ੍ਹ ਜਾਣਾ ਫੇਰ ਫੇਰ ਕੁਝ ਡਾਕੂਮੈਂਟ ਇਕੱਠੇ ਕਰਨੇ ਤੇ ਵਾ ਐਦਾਂ ਸਭ ਕੁਝ ਕਰਕੇ ਫਾਈਲ ਆਤੀ ਫੇ ਮੇਰੇ ਡੇਢ ਮਹੀਨੇ ਬਾਅਦ ਵੀਜ਼ਾ ਆਇਆ ਜੀ ਤੇ ਜਦੋਂ ਮੇਰਾ ਵੀਜ਼ਾ ਆਇਆ ਤਾਂ ਇੱਕ ਵਾਰ ਜੀ ਮਤਲਬ ਖੁਸ਼ੀ ਵੀ ਹੁੰਦੀ ਹੈ ਬੰਦੇ ਨੂੰ ਤੇ ਬੰਦੇ ਅੰਦਰੋਂ ਰੋਣਾ ਵੀ ਨਿਕਲਦਾ ਵੀ ਹਾਂ ਵੀ ਹੁਣ ਆਪਣਾ ਦੇਸ਼ ਛੱਡ ਕੇ ਆਪਣੀ ਕੰਟਰੀ ਘਰ ਦੇ ਛੱਡ ਕੇ ਜਾਣਾ ਤੇ ਫੇਰ ਜਦੋਂ ਸਾਨੂੰ ਪਤਾ ਜੀ ਫੇਰ ਤਿਆਰੀਆਂ ਸ਼ੁਰੂ ਹੋਣ ਲੱਪਨੀਆਂ ਜੀ ਵੀ ਹੁਣ ਟੈਚੀ ਲੈ ਲਓ ਜੀ ਕੱਪੜੇ ਨਵੇਂ ਕੱਪੜੇ ਲੈ ਲਓ ਪੈਕ ਕਰੀਏ ਤੇ ਕਈ ਵਾਰ ਫਿਰ ਜਿਹੜੇ ਪਹਿਰੇ ਇੱਧਰ ਯਾਰ ਦੋਸਤ ਨੇ ਉਹਨਾਂ ਨੂੰ ਫੋਨ ਲਾਣਾ ਜੀ ਉਹਨੇ ਕਹਿਣਾ ਜੀ ਆਹ ਭਾਂਡੇ ਲੈ ਜਾਓ ਆਹ ਕਰ ਲੋ ਆਹ ਕਰ ਲੋ ਤੇ ਸਾਰਾ ਕੁਝ ਸਮਾਨ ਇਕੱਠਾ-ਕੁੱਠਾ ਕਰਕੇ ਜੀ ਫੇਰ ਆਪਣੇ ਅਸੀਂ ਉੱਥੋਂ ਮਲ ਟੈਟੂਟ ਕਰਾ ਕੇ ਫੇਰ ਆਪਣਾ ਬਾਹਰ ਦਾ ਸਭ ਸਟਾਰਟ ਹੋ ਜਾਏ ਜਿੱਥੋਂ ਤੇ ਜਦੋਂ ਫਿਰ ਤੁਸੀਂ ਨਿਊਜ਼ੀਲੈਂਡ ਆ ਗਏ ਇੱਥੇ ਆ ਕੇ ਪਹਿਲਾ ਦਿਨ ਕਿੱਦਾਂ ਰਿਹਾ ਕਿੱਦਾਂ ਦਾ ਮਹਿਸੂਸ ਹੋਇਆ ਵੀ ਨਵੀਂ ਦੁਨੀਆ ਨਵੇਂ ਦੇਸ਼ ਨਵੀਂ ਭਾਸ਼ਾ ਸਾਰਾ ਕੁਝ ਵੱਖੋ ਵੱਖਰਾ ਹਾਂਜੀ ਇਹ ਜਦੋਂ ਮੇਰੇ ਇੱਕ ਟਿਕਟ ਕਰਾ ਕੇ ਜਦੋਂ ਮੈਂ ਮੇਰੀ ਫਿਰ ਜੀ ਫਲਾਈਟ ਤੋਂ ਦਿੱਲੀ 에ਰਪੋਰਟ ਤੋਂ ਬੈਂਕਾਕ ਸੀ ਬੈਂਕਾਕ ਤੇ ਨਿਊਜ਼ੀਲੈਂਡ ਆਕਲੈਂਡ ਇਹ 에ਰਪੋਰਟ ਤੇ ਉਤਰਿਆ ਜੀ ਮੈਂ ਮਤਲਬ ਜਦੋਂ ਬੈਂਕਾਕ ਤੇ ਉਤਰਿਆ ਤੇ ਉਸ ਥੋੜਾ ਜਿਹਾ ਹਨੇਰਾ ਹੋਣ ਕਰਕੇ ਤੇ ਮਤਲਬ ਵੀ ਹਨੇਰਾ ਹੋ ਗਿਆ ਜੀ ਉਸ ਟਾਈਮ ਜਦੋਂ ਮੈਂ ਉੱਥੇ ਉਤਰਿਆ ਤੇ ਮੇਰੇ ਉਸ ਟਾਈਮ ਮਤਲਬ ਮੈਨੂੰ ਐ ਲੱਗਿਆ ਮੇਰੇ ਚਾ ਸਾਰੇ ਮਾਰੇ ਬਾਹਰ ਆਣ ਦਾ ਜ ਤੇ ਰੋਣਾ ਜੀ ਆ ਗਿਆ ਵੀ ਹਾਲ ਗੇ ਮੈਨੂੰ ਲੱਗਦਾ ਕੋਈ ਪੰਗਾ ਤਾਂ ਨਹੀਂ ਲੈ ਗਿਆ ਗਲਤ ਪੰਗਾ ਤਾਂ ਨਹੀਂ ਲੈ ਲਿਆ ਜਿਹੜਾ ਬਾਹਰ ਨੂੰ ਇੱਥੇ ਆ ਗਿਆ ਹੈ ਨਾ ਤੇ ਜਦੋਂ ਆਪਾਂ ਇੱਥੇ ਆਏ ਜੀ ਫਿਰ ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਇੱਥੇ ਬੁਲਾਇਆ ਜੀ ਹੈ ਨਾ ਤੇ ਉਹਨਾਂ ਕੋ ਮੈਨੂੰ 에ਰਪੋਰਟ ਤੋਂ ਲੈ ਕੇ ਗਏ ਕਿਉਂਕਿ ਉਹ ਬਹੁਤ ਵੱਡੀ ਇੱਕ ਅਚੀਵਮੈਂਟ ਹੀ ਹੁੰਦੀ ਜੀ ਜਦੋਂ ਤੁਹਾਨੂੰ ਕੋਈ ਮੋਰੇ ਬਗਾਨੇ ਮੁਲਕ ਵਿੱਚ ਤੁਹਾਨੂੰ ਕੋਈ ਲਿਆ ਜਾਵੇ ਹੈ ਨਾ ਤੇ ਜਦੋਂ ਆਪਾਂ ਉਸਨੂੰ ਲੈ ਕੇ ਗਏ ਜੀ ਫਿਰ ਉਹ ਵੀ ਮੈਨੂੰ ਉਹਨੇ ਘਰੇ ਰੱਖਿਆ ਤੇ ਮਤਲਬ ਆਪਾਂ ਨੂੰ ਉਸ ਟਾਈਮ ਕੁਝ ਨਹੀਂ ਬਣਾਉਣਾ ਖਾਣਾ ਪੀਣਾ ਕੁਝ ਨਹੀਂ ਆਦਾ ਹੁੰਦਾ ਜੀ ਹੈ ਨਾ ਉਹ ਵੀ ਇੰਡੀਆ ਸੀ ਟੋਟਲੀ ਆਪਣੇ ਘਰ ਦੇ ਉੱਪਰ ਡਿਪੈਂਡ ਰਹਿੰਦੇ ਸੀ ਤੇ ਜਦੋਂ ਮਤਲਬ ਆਪਣੇ ਹੱਥੀਂ ਆਪ ਬਣਾਉਣਾ ਪਿਆ ਮਤਲਬ ਦੇਖਣਾ ਪਿਆ ਸਾਰਾ ਕੁਝ ਕਰਨਾ ਬੜਾ ਔਖਾ ਲੱਗਿਆ ਇਹ ਕੋਈ ਸੌਖੀ ਲਾਈਫ ਹੈਗੀ ਬਾਹਰ ਦੀ ਆਪਾਂ ਕਹਿ ਦਿੰਦੇ ਤੇ ਇਹ ਸਾਨੂੰ ਆਪਣੇ ਬਾਹਰੋਂ ਕੱਪੜੇ ਪਾਏ ਬਾਹਰਲੇ ਦੇਸ਼ਾਂ ਦੀਆਂ ਘੜੀਆਂ ਆਹ ਚੈਨੀਆਂ ਹੈਨਾ ਵੀ ਉਹ ਚੰਗੀਆਂ ਲੱਗਦੀਆਂ ਪਰ ਇਹ ਵੀ ਇੱਕ ਦੇ ਪਿੱਛੇ ਬਹੁਤ ਵੱਡਾ ਸਟਰਗਲ ਹੈ ਜੀ ਹਰੇਕ ਬੰਦੇ ਦਾ ਹਾਂਜੀ ਜਿਵੇਂ ਤੁਸੀਂ ਕਿਹਾ ਵੀ ਕਿੱਦਾਂ ਲੱਗਿਆ ਨਾ ਆਕੇ ਕਿਉਂਕਿ ਘਰ ਛੱਡਣਾ ਪਿੰਡ ਛੱਡਣਾ ਦੇਸ਼ ਛੱਡਣਾ ਸੌਖੀ ਗੱਲ ਨਹੀਂ ਤੇ ਤੁਸੀਂ ਉੱਥੇ ਨਹੀਂ ਟਰਾਈ ਕੀਤਾ ਵੀ ਹਾਂ ਪਲੱਸ 2 ਤੋਂ ਬਾਅਦ ਕੁਝ ਕੀਤਾ ਜਾਏ ਹਾਂਜੀ ਮੈਂ ਪਲੱਸ 2 ਦੇ ਬਾਅਦ ਟੈਸਟ ਦਿੱਤਾ ਜੀ ਉੱਥੇ ਇੱਕ ਤੇ ਬੈਟਰੀ ਡਾਕਟਰ ਦਾ ਤੇ ਉਹਦੇ ਵਿੱਚ ਵੀ ਚਲੋ ਉਸ ਟਾਈਮ ਵੀ ਆਪਣੇ ਕੋਲ ਇਨਾ ਸਮਾਂ ਨਹੀਂ ਵੀ ਹਾਂ ਇਹਦੀ ਤਿਆਰੀ ਕੀਤੀ ਜਾਵੇ 12ਵੀਂ ਕਿਉਂਕਿ ਆਪਣੇ ਉਸ ਟਾਈਮ ਹਾਈਲੈਟਸ ਦਾ ਵੀ ਤਿਆਰੀ ਕਰਨੀ ਹੁੰਦੀ ਜੀ ਤੇ ਉਧਰ ਉਹ ਉਹ ਟੈਸਟ ਦੀ ਵੀ ਤਿਆਰੀ ਕਰਨੀ ਪੈਂਦੀ ਤੇ ਉਹ ਇੱਕ ਫਿਰ ਮੇਰਾ ਸਟਰੀਮ ਟੋਟਲੀ ਡਿਫਰੈਂਟ ਹੋ ਗਿਆ ਜੀ ਨੋਨ ਮੈਡੀਕਲ ਤੋਂ ਬਾਅਦ ਦੂਜਾ ਹੈ ਨਾ ਤੇ ਮਤਲਬ ਹੀ ਇਹ ਵੀ ਆਪਾਂ ਉਹ ਹੀ ਹੈ ਵੀ ਆਪਾਂ ਹਰ ਇੱਕ ਸਾਈਡ ਨੂੰ ਭੱਜਦੇ ਵੀ ਮੇਰੇ ਕੋਲ ਉਹ ਵੀ ਆ ਜੇ ਮੇਰੇ ਕੋਲ ਉਹ ਵੀ ਆ ਜੇ ਪਰ ਮੇਰੇ ਹਿਸਾਬ ਨਾਲ ਜੇ ਮੈਂ ਇੱਕ ਸਾਈਡ ਪਿਛੇ ਭੱਜਦਾ ਤੇ ਆਈ ਥਿੰਕ ਮੈਂ ਉੱਥੇ ਕੁਝ ਕਰ ਲੈਂਦਾ ਹੈ ਨਾ ਪਰ ਉਸ ਟਾਈਮ ਹਵਾ ਹੀ ਇਦਾਂ ਦੀ ਚੱਲਦੀ ਜੀ ਮੇਰੇ ਨਾਲ ਦੇ ਸਾਰੇ ਹੀ ਆਪਣੇ ਇੱਕ ਹਵਾ ਵਾਂਗੂ ਬਾਰ 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 ਤੇ ਉਹ ਹਵਾ ਦੇ ਵਿੱਚ ਮੈਂ ਹੀ ਬਹਿ ਗਿਆ ਜੀ ਤੇ ਫੇਰ ਸਾਨੂੰ ਪਤਾ ਹੀ ਇਹ ਥੋੜਾ ਜਿਹਾ ਕੰਮ ਤੇ ਡ੍ਰੀਮ ਸ਼ੁਰੂ ਤੇ ਤੁਹਾਡਾ ਬਾਹਰ ਆਉਂਦਾ ਸੀਗੇ ਵੀ ਸੋਚਿਆ ਨਹੀਂ ਸੀ ਵੇਖੋ ਵੇਖੀ ਆ ਗਏ ਜਿਵੇਂ ਚੱਲਦਾ ਤੁਸੀਂ ਕਿਹਾ ਕਿ ਸ਼ੌਂਕ ਸੀ ਵੀ ਹਾਂ ਵੀ ਨਹੀਂ ਬਾਹਰ ਹੀ ਜਾਣਾ ਨਵਾਰ ਆਣ ਦਾ ਕੋਈ ਡ੍ਰੀਮ ਕੋਈ ਨਹੀਂ ਹੈਗਾ ਜੀ 12ਵੀਂ ਤੱਕ ਆਪਾਂ ਵਧੀਆ 11ਵੀਂ ਤੱਕ ਪੜਦੇ ਰਹੇ ਪਰ ਕੋਈ ਬਾਹਰ ਦਾ ਸਾਡੇ ਇਹਨਾਂ ਕੋਈ ਸਾਡੇ ਮੈਲਾ ਦਾ ਰੋਪੜ ਜ਼ਿਲ੍ਹੇ ਦੇ ਉਹ ਘਟ ਜਿਹੜਾ ਬਾਹਰ ਜਾਣ ਵਾਲੇ ਸੋਚਦੇ ਵੀ ਹੈਗੇ ਪਹਿਲਾਂ ਮੈਨੂੰ ਲੱਗਦਾ ਤੇ ਇਹ ਥੋੜਾ ਜਿਹੀ ਹੋਇਆ ਜੀ ਸਾਨੂੰ ਵੀ ਜਦੋਂ ਆਪਣੇ ਪੰਜਾਬ ਦੇ ਬਾਕੀ ਜਾਣ ਉਹ ਆਪਾਂ ਹੀ ਬਾਹਰ ਚਲੀ ਜਾਂ ਕਿਉਂਕਿ ਉੱਥੇ ਆਪਾਂ ਨੇ ਦਿਮਾਗ 'ਚ ਇਹ ਵੋ ਵੱਡੀ ਗੱਲ ਬਹਿ ਚੁੱਕੀ ਹੈ ਵੀ ਉੱਥੇ ਜੋ ਬਣੀਆਂ ਆਈਆਂ ਤੇ ਕਹਿੰਦੇ ਹੁੰਦੇ ਕੋਈ ਚੀਜ਼ ਥੋੜੇ ਜਿਹੜੀ ਦਿਮਾਗ 'ਚ ਬਹਿ ਗਈ ਉਹ ਫਿਰ ਜੋ ਮਰਜ ਥੋੜੀ ਬਹਿ ਹੀ ਜਾਣੀ ਜੀ ਉਹ ਉਹ ਚੀਜ਼ਾ ਕਰਕੇ ਜੀ ਫਿਰ ਜਦੋਂ ਸਾਰੇ ਬਾਹਰ ਜਾਣ ਲੱਪੇ ਤੇ ਫਿਰ ਮੈਂ ਵੀ ਹਵਾ ਦੇ ਵਿੱਚ ਬਹਿ ਹੀ ਗਿਆ ਜੀ ਫਿਰ ਇੱਕ ਹਾਂਜੀ ਚਲੋ ਇਹ ਵੀ ਗੱਲ ਆ ਵੇਖੋ ਵੇਖੀ ਵੀ ਅੱਜਕੱਲ ਬਹੁਤ ਚੱਲ ਪਿਆ ਬਾਕੀ ਦਾਣਾ ਪਾਣੀ ਸੀ ਔਣਾ ਹੀ ਪਾਣਾ ਸੀ ਜਿੱਥੇ ਉਹਦਾ ਦਾਣਾ ਪਾਣੀ ਲਿਖਿਆ ਉਹਦੇ ਖੇਚੀ ਲਿਆਉਂਦਾ ਤੇ ਇੰਡੀਆ ਤਾਂ ਤੁਸੀਂ ਕਾਲਜ ਟਾਈਮ ਨਹੀਂ ਵੇਖਿਆ ਇੱਥੇ ਆਏ ਤੇ ਫਿਰ ਕਿੱਦਾਂ ਦਾ ਰਿਹਾ ਕਾਲਜ ਟਾਈਮ ਕਿੱਦਾਂ ਦਾ ਲੰਘਿਆ ਸਮਾਂ ਸਟੂਡੈਂਟ ਵੀਜ਼ਾ ਹਾਂਜੀ ਜਦੋਂ ਆਪਾਂ ਇੱਥੇ ਆਏ ਜੇ ਤੇ ਮੇਰਾ 13 ਫਰਵਰੀ ਨੂੰ ਹੁੰਦਾ ਜੀ ਕਾਲ ਸਟਾਰਟ ਤੇ ਆਪਾਂ ਦਾ ਜਿੱਦਾਂ ਪਹਿਲੇ ਦਿਨ ਜਿੱਦਾਂ ਕਹਿੰਗੇ ਅਸੀਂ ਇੰਡੀਆ ਕਦੇ ਸਕੂਲ ਤੇ ਸਟੂਡੈਂਟ ਦੇ ਜਦੋਂ ਸਕੂਲ ਜਾਂਦੇ ਹੁੰਦੇ ਆ ਜੇ ਉੱਪਰ ਪ੍ਰੋਪਰ ਵਰਦੀ ਪਾ ਕੇ ਐ ਨਾ ਆਪਾਂ ਦਾ ਪ੍ਰੋਪਰ ਸੂਜ ਪਾ ਕੇ ਐਨ ਆਪਣਾ ਬੈਗ ਲੈ ਕੇ ਜਾਣਾ ਆਪਾਂ ਜੀ ਪੂਰੇ ਐਨ ਪਹਿਲੇ ਤੇ ਜਦੋਂ ਮੈਂ ਉੱਥੇ ਗਿਆ ਜੀ ਕਿਵੇਂ ਸ਼ਹਿਰ ਦੇ ਮੇਰੇ ਕਾਲਜ ਹੁੰਦਾ ਦਾ ਜੀ ਏਡਬਲਯੂਆਈ ਤੇ ਮੈਂ ਆਪਣਾ ਪ੍ਰੋਪਰ ਬੈਗ ਪਾ ਕੇ ਮੋੜਿਆ ਤਾਂ ਵੀ ਚੱਲ ਗਿਆ ਜੀ ਉੱਥੇ ਜਦੋਂ ਮੈਂ ਦੇਖਿਆ ਜੀ ਵੀ ਇੱਥੇ ਤਾਂ ਥੋੜੀ ਬੰਦੇ ਆਪਣੇ ਕਿਉਂਕਿ ਆਪਣੇ ਕਮਿਊਨਿਟੀ ਕਾਫੀ ਉੱਥੇ ਕਾਲਜ ਦੇ ਵਿੱਚ ਪੜ੍ਹਦੇ تھے ਜੀ ਜਦੋਂ ਮੈਂ ਦੇਖਿਆ ਵੀ ਹਾਂ ਵੀ ਇਹ ਤਾਂ ਚਲੋ ਆਪਣੇ ਥੋੜਾ ਜਿਹਾ ਹੌਸਲਾ ਹੋਇਆ ਵੀ ਹਾਂ ਵੀ ਇਹ ਤਾਂ ਹਲੇ ਆਪਣੇ ਹੀ ਆ ਸਾਰੇ ਤੇ ਜਦੋਂ ਬੈਠੇ ਹੌਲੀ ਹੌਲੀ ਕਾਫੀ ਫਿਰ ਸਿੱਖਣ ਨੂੰ ਉਹ ਕੁਝ ਮਿਲਦਾ ਜੀ ਕਿਉਂਕਿ ਹਰੇ ਕੋਈ ਡਿਫਰੈਂਟ ਡਿਫਰੈਂਟ ਕੰਟਰੀ ਤੋਂ ਵੀ ਬਿਲੋਂਗ ਕਰਦੇ ਹੈ ਨਾ ਇਹ ਇੱਕ ਤਰ੍ਹਾਂ ਮਾਈਗ੍ਰੇਸ਼ਨ ਡਿਫਰੈਂਟ ਕੰਟਰੀ ਤੋਂ ਵੀ ਉਰੇ ਆਉਂਦੇ ਜੀ ਜਿਵੇਂ ਕਾਲਜ ਦਾ ਟਾਈਮ ਸੀਗਾ ਕਾਲਜ ਟਾਈਮ ਵਿੱਚ ਇਹ ਬੜੀ ਵੱਡੀ ਗੱਲ ਹੁੰਦੀ ਆ ਜਿਵੇਂ ਤੁਸੀਂ ਪਹਿਲੇ ਦਿਨ ਗਏ ਕਾਲਜ ਨਾ ਤੇ ਕਲਾਸ 'ਚ ਗਏ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਬੰਦਾ ਇਹ ਨਿਗਾ ਮਾਰਦਾ ਵੀ ਪੰਜਾਬੀ ਕਿੰਨੇ ਦਾ ਤੇ ਕੋਈ ਪੰਜਾਬੀ ਵੇਖ ਕੇ ਆਪਾਂ ਸਿੱਧਾ ਉਹਦੇ ਕੋਲ ਜਾਈਦਾ ਨਾ ਵੀ ਉਹਦੇ ਕੋਲ ਜਾਈਦਾ ਵੀ ਸਿੱਧਾ ਵੀ ਹਾਂ ਵੀਰੇ ਕਿੱਦਾਂ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਆ ਉਹ ਵੀ ਉਹ ਵੀ ਇੱਕ ਵੱਖਰਾ ਜਿਹਾ ਟਾਈਮ ਹੁੰਦਾ ਨਾ ਵੀ ਪੁੱਛਿਆ ਜਾਏ ਕਿ ਸਮਾਂ ਵਾ ਕਿੱਦਾਂ ਦਾ ਚੱਲਦਾ ਕਿੱਥੇ ਰਹਿੰਦੇ ਹੋ ਤੁਸੀਂ ਤੇ ਜਦੋਂ ਫਿਰ ਤੁਹਾਡਾ ਕਾਲਜ ਦਾ ਟਾਈਮ ਤੁਸੀਂ ਦੱਸਿਆ ਉਸ ਤੋਂ ਬਾਅਦ ਜੋਬਾਂ ਦਾ ਕਿੱਦਾਂ ਰਿਆ ਜਿਹੜਾ ਸਟੂਡੈਂਟ ਵਿਜੀ ਤੇ ਕੀਤੀਆਂ ਕਿਉਂਕਿ ਉਦੋਂ ਤੇ ਇਦਾਂ ਹੀ ਲੱਗਦਾ ਵੀ ਜਿਹੜੀ ਮਰਜ਼ੀ ਜੋ ਮਿਲ ਜੇ ਤੇ ਕਰਨੀਉ ਪੈਣੀ ਹੈ ਤੇ ਟਾਈਮ ਵੀ ਆਪਣੇ ਵੱਸ ਨਹੀਂ ਹੁੰਦਾ ਜਿਹੜਾ ਸਮਾਂ ਮਿਲ ਗਿਆ ਉਹੀ ਕਰਨਾ ਪੈਣਾ ਆਵੇਂ ਸਵੇਰੇ 8:30 ਕਾਲਜ ਆ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਜਿੰਨੇ ਵਜੇ ਮਰਜ਼ੀ ਹੋਏ ਤੇ ਫਿਰ ਕਿੱਦਾਂ ਮੈਨੇਜ ਕਰਦੇ ਹਾਂ ਜੀ ਹਾਂ ਜੀ ਜਦੋਂ ਆਪਾਂ ਕਾਲਜ ਵਿੱਚ ਪੜਦੇ ਜੀ ਉਦੋਂ ਫਿਰ ਇੱਕ ਆਪਣੇ ਯਾਰ ਦੋਸਤ ਬਣ ਜਾਂਦੇ ਜੀ ਸਾਡਾ ਲਿੰਕ ਬਣਨ ਨਾਲ ਆਪਾਂ ਦਾ ਸਰਕਲ ਸਟਾਰਟ ਹੋ ਜਾਂਦਾ ਤੇ ਜਦੋਂ ਉੱਥੇ ਆਪਾਂ ਗਏ ਜੀ ਤੇ ਫਿਰ ਸਾਨੂੰ ਪਤਾ ਵੀ ਜਦੋਂ ਜਦੋਂ ਛੋਟਾ ਕਿਸੇ ਬਾਹਲੀ ਕੰਡ ਜਿੱਦਿ ਛੋਟਾ ਜਹਾਜ਼ ਲੈਂਡ ਹੋਇਆ ਛੋਟਾ ਹੋਰ ਕੋਈ ਸਟਾਰਟ ਕੋਈ ਹੋਵੇ ਨਾ ਉਹ ਵੀ ਛੋਟਾ ਰੈਂਟ ਸਟਾਰਟ ਹੋ ਜਾਂਦਾ ਜੀ ਇਹ ਉਹ ਫਿਰ ਚੀਜ਼ ਕਿਉਂਕਿ ਇੰਡੀਆ ਆਪਣੇ ਮਾਪੇ ਦੇ ਨਾਲ ਰਹਿਣ ਕਰਕੇ ਅੱਜ ਤੱਕ ਵੀ ਸਭ ਤੋਂ ਘੱਟ ਪੈ ਜੇ ਜਿੱਦਾਂ ਹੀ ਫਿਰ ਜਦੋਂ ਕਾਲ ਦੇ ਵਿੱਚ ਸਰਕਲ ਬਣਿਆ ਜੀ ਫਿਰ ਉਹ ਇੱਕ ਦੋ ਦਿਨ ਗੱਲਬਾਤ ਕੀਤੀ ਜੀ ਫਿਰ ਉਹ ਚਲੋ ਕਹਿੰਦੇ ਵੀ ਤੈਨੂੰ ਉੱਥੇ ਲਵਾ ਦਾਂਗੇ ਤੇ ਫਿਰ ਮੇਰਾ ਪਹਿਲੀ ਵਾਰ ਕੰਮ ਸਟਾਰਟ ਹੋਇਆ ਜੀ ਆਪਣਾ ਅਟਾਹੋ ਦੇ ਵਿੱਚ ਜੀ ਆਪਣੀ ਕੰਪਨੀ ਉਹ ਇਵੈਂਟਸ ਉਹ ਉੱਥੇ ਮੇਰਾ ਕੰਮ ਸਟਾਰਟ ਕੀਤਾ ਮੈਂ ਤੇ ਉਦੋਂ ਫਿਰ ਮੈਨੂੰ ਪੈਸੇ ਆਣੇ ਸਟਾਰਟ ਹੋਏ ਉਹਦੇ ਨਾਲ ਫਿਰ ਮੇਰਾ ਆਪਣਾ ਰੈਂਟ ਸਟਾਰਟ ਦਿੱਤਾ ਜੀ ਮਦਨ ਨਾਲ ਫਿਰ ਹੋਰ ਖਰਚੇ ਜੀ ਆਪਣੇ ਕੋਲੇ ਨੂੰ ਉਸ ਬੱਸ 'ਚ ਜਾਣਾ ਜੀ ਟ੍ਰੇਨ 'ਚ ਜਾਣਾ ਮਤਲਬ ਇਹ ਸਟਰਗਲ ਲਾਈਫ ਹੈ ਜਿਹੜੀ ਸਟੂਡੈਂਟ ਲਾਈਫ ਹੈ ਜੋ ਮੈਂ ਸੋਚਦਾ ਜੀ ਤੇ ਆਪਾਂ ਨੂੰ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਨਾ ਕਿਉਂਕਿ ਆਪਾਂ ਨੂੰ ਇੰਡੀਆ ਤੋਂ ਆਪਾਂ ਕੁਝ ਵੀ ਨਾ ਕਰਦੇ ਹੁੰਦੇ ਮੈਨੂੰ ਜੋ ਮੈਂ ਮਹਿਸੂਸ ਕਰ। ਕਿਉਂਕਿ ਜਿਹੜਾ ਸਟੂਡੈਂਟ ਵੀਜ਼ਾ ਹੁੰਦਾ ਨਾ ਸਟੂਡੈਂਟ ਵੀਜ਼ਾ 'ਚ ਆਪਾਂ ਨੂੰ ਮਿਹਨਤੀ ਬਣਾਉਂਦਾ ਉਹ ਮਿਹਨਤੀ ਬਣਾਉਂਦਾ ਕਿਉਂਕਿ ਜਿਹੜਾ ਇੱਕ ਉਹ ਸਮਾਂ ਨਿਕਲ ਜੇ ਅੱਗੇ ਥੋੜੀ ਜੀ ਜ਼ਿੰਦਗੀ ਸੋਖੀ ਹੋ ਜਾਂਦੀ ਹੈ ਕਿਉਂਕਿ ਸਟੂਡੈਂਟ ਵੀਜ਼ਾ ਇੱਕ ਉਹ ਵੀਜ਼ਾ ਹੈ ਵੀ ਪਹਿਲਾਂ ਉਹ ਪਾਰ ਕਰਕੇ ਜਾਣਾ ਪੈਣਾਗੇ ਉਸ ਤੋਂ ਬਿਨਾ ਆਪਾਂ ਕੁਝ ਨਹੀਂ ਹੈਗੇ ਜੇ ਆਪਾਂ ਸਟੂਡੈਂਟ ਵੀਜ਼ੇ ਤੇ ਆਇਆ। ਯਾਰ ਤੁਸੀਂ ਤਾਂ ਇੰਡੀਆ ਪੜ੍ਹਾਈ ਕੀਤੀ ਸੀ ਇੰਡੀਆ ਦਾ ਕਾਲਜ ਟਾਈਮ ਵੇਖਿਆ ਨਹੀਂ ਇੱਥੇ ਫਿਰ ਜਦੋਂ ਕਾਲਜ ਤੋਂ ਘਰੇ ਜਾਣਾ ਘਰੇ ਜਾ ਕੇ ਰੋਟੀ ਪਣੀ ਆਪ ਬਣਾਉਣਾ ਸਾਰਾ ਕੁਝ ਆਪ ਕਰਨਾ ਨਾ ਜਿਵੇਂ ਇੰਡੀਆ ਘਰੇ ਜਾਣਾ ਸਕੂਲ ਚ ਆਉਣਾ ਘਰੇ ਰੋਟੀ ਪੱਕੀ ਹੋਣੀ ਪਾਣੀ ਬਣਿਆ ਹੋਣਾ ਗਰਮੀਆਂ ਦੇ ਵਿੱਚ ਨਿੰਬੂ ਵਾਲਾ ਕਦੇ ਸ਼ਕੈਸ਼ ਵਾਲਾ ਤੇ ਕਦੇ ਫਿਰ ਉਹ ਮਿਸ ਕਰਦੇ ਜਦੋਂ ਘਰੇ ਹੁੰਦੇ ਸੀ ਵੀ ਹਾਂ ਯਾਰ ਵੀ ਸਭ ਕੁਝ ਹੀ ਚੇਂਜ ਹੋ ਗਿਆ ਇੱਥੇ ਆ ਕੇ हां जी जरूर जी एक बार ਦਾ ਜੀ ਮਤਲਬ ਅੱਖਾਂ ਚ ਹੰਝਰੂ ਆ ਜਾਂਦੇ ਜਦੋਂ ਆਪਾਂ ਉਸ ਲਾਈਫ ਨੂੰ ਵੀ ਆਪਾਂ ਬਹਿ ਕੇ ਸੋਚਦੇ ਆ ਸਟੂਡੈਂਟ ਲਾਈਫ ਆਪਣੀ ਇੱਕ ਜਦੋਂ ਕਾਲਜ ਤੋਂ ਘਰੇ ਆਣਾ ਸਭ ਤੋਂ ਵੱਡਾ ਟਾਸਕ ਹੀ ਹੁੰਦਾ ਤਾਂ ਵੀ ਚਲੋ ਪਹਿਲਾਂ ਆਪਣਾ ਕੰਮ ਦੇਖਿਆ ਜਾਵੇ ਰੋਟੀ ਵਾਰੀ ਬੰਦੇ ਥੋੜੇ ਥੋੜੇ ਮੇਰੇ ਹਿਸਾਬ ਨਾਲ ਉਹ ਤਾਂ ਜਦੋਂ ਬੰਦੇ ਨੂੰ ਭੁੱਖ ਲੱਗਦੀ ਜਦੋਂ ਅੰਦਰ ਉਦੋਂ ਹੀ ਸੋਚਦਾ ਹੈ ਬੰਦਾ ਤਾਂ ਵੀ ਦੇਖਣਾ ਜੀ ਆ ਕੇ ਕੰਮ ਤੋਂ ਆ ਕੇ ਫਿਰ ਰੋਟੀ ਲਾਣੀ ਉਦੋਂ ਮਤਲਬ ਇੰਡੀਆ ਕੁਝ ਕੀਤਾ ਨਹੀਂ ਜੀ ਆਪਾਂ ਜਿੱਦਾਂ ਨਾ ਵੀ ਘਰ ਦੇ ਨੇ ਸਾਨੂੰ ਸਭ ਕੁਝ ਪਰੋਸ-ਪਰਾਸ ਕੇ ਦੇ ਦੇਣਾ ਜਦੋਂ ਉਹ ਆਟਾ ਗੁੰਨਣਾ ਜੀ ਇੱਕ ਸ਼ਹਿਰੀ ਮੰਦ ਕਈ ਵਾਰ ਗਾਣਾ ਵੀ ਚੇਤਾ ਆ ਜਾਂਦਾ ਹੁੰਦਾ ਜੀ ਉਸ ਟਾਈਮ ਜੀ ਹੈਨਾ ਤੇ ਉਹ ਕਈ ਵਾਰ ਗਾਣਾ ਸੁਣਨਾ ਜੀ ਇੱਕ ਉਦਾਂ ਦੇ ਨਾਲ ਮੂਹਰ ਵੜਾ ਲਾਂਦੇ ਜਦੋਂ ਨਾਲ ਵਾਲੇ ਹੁੰਦੇ ਨਾ ਜੀ ਜਿੱਦਾਂ ਦਾ ਕੰਮ ਕਰਨਾ ਉਦਾਂ ਦੇ ਗਾਣੇ ਲਾ ਦਨੇ ਮਤਲਬ ਵੀ ਉਹ ਗਾਣੇ ਸੁਣੀ ਜਣੇ ਤੇ ਕੰਮ ਕਰੀ ਜਾਣਾ ਇਹ ਕ ਤਣਕਾ ਤੜਕੇ ਕਰਕੇ ਗੁੱਡੀ ਚੜਦੀ ਹੁੰਦੀ ਹੈ ਮਤਲਬ ਤਣਕਾ ਤਣੂ ਖਾਈ ਚੜਦਾ ਜੀ ਫਿਰ ਤੁਹਾਨੂੰ ਪਤਾ ਹੀ ਹੈ ਹੈਨਾ ਤੇ ਭਾਂਡੇ ਮੰਨਣੇ ਆ ਗਏ ਜੀ ਆਟਾ ਗੁੰਨਣਾ ਆ ਗਿਆ ਜੀ ਆਮਸ ਖਾਤਾ ਜੀ ਨਹੀਂ ਮਤਲਬ ਇਹਨੇ ਮੈਂ ਤਾਂ ਬਣਾਤੀ ਮਤਲਬ ਕਹਿੰਦੇ ਜੇ ਕੋਈ ਚੀਜ਼ ਬਣਦੀ ਹੈ ਨਾ ਉਹ ਕੁਝ ਕਾੜਨਾ ਪੈਂਦਾ ਕਾੜ ਕਾੜ ਦਿੱਤਾ ਸਾਨੂੰ ਚੰਗੀਦਰ ਜੀ ਦਸੋਂਦੇ ਨੂੰ ਕਹਿੰਦੇ ਆ ਦੇ ਵਿੱਚ ਇਹ ਸਮਾਂ ਤੇ ਫਿਰ ਵੇਖਣਾ ਹੀ ਪੈਂਦਾ ਜਿਹੜਾ ਸਮਾਂ ਆਪਾਂ ਇੰਡੀਆ ਨਹੀਂ ਵੇਖਿਆ ਹੁੰਦਾ ਉਹ ਇੱਥੇ ਆ ਕੇ ਤੇ ਵੇਖਣਾ ਹੀ ਪੈਂਦਾ ਚੰਗਾ ਮਾੜਾ ਔਖਾ ਸੌਖਾ ਉਹ ਸਮਾਂ ਤੇ ਕੱਢਣਾ ਹੀ ਪੈਂਦਾ ਤੇ ਫਿਰ ਸਟੱਡੀ ਤੋਂ ਬਾਅਦ ਕਿੱਦਾਂ ਕਿੱਦਾਂ ਰਿਆ ਵਰਕ ਵੀਜ਼ਾ ਵਰਕ ਵੀਜ਼ਾ ਲੱਗਾ ਹਾਂਜੀ ਸਟੱਡੀ ਕੀ ਮੇਰੀ ਹੈਗੀ ਤੇ ਜੀ 1.5 ਸਾਲ ਦੀ ਤੇ 1.5 ਸਾਲ ਦੀ ਸਟੱਡੀ ਕਰਦੇ ਕਰਦੇ 2.5 ਸਾਲ ਦੀ ਹੋ ਗਈ ਜਿਉਂਕਿ ਮੇਰਾ ਕਾਲਜ ਬੰਦ ਹੋ ਗਿਆ ਇਹ ਜਿਹੜੇ ਇੰਦਰ ਦੀ ਸਟੱਡੀ ਹੈ ਜੀ ਇਹ ਥੋੜੀ ਐਸਾਈਨਮੈਂਟ ਆ ਬਟ ਡਿਪੈਂਡ ਕਰਦੀ ਤੇ ਕਾਲਜ ਬੰਦ ਹੋ ਗਿਆ ਜੀ ਫਿਰ ਉਹ ਉਹ ਦੁਬਾਰਾ ਨਵਾਂ ਸਟਾਰਟ ਦਿੱਤਾ ਇਮੀਗ੍ਰੇਸ਼ਨ ਜੀ ਸਟਾਕ ਕਾਲਜ ਤੇ ਮਤਲਬ 2.5 ਸਾਲ ਸਟੱਡੀ ਕੀਤੀ ਜੀ ਉਸ ਤੋਂ ਬਾਅਦ ਫਿਰ 1 ਸਾਲ ਦਾ ਵਰਕ ਪਰਮਿਟ ਮਿਲਦਾ ਹੁੰਦਾ ਜੀ ਪਰ ਚਲੋ ਲੱਕੀ ਜੀ ਸਾਡੇ ਇੱਥੇ ਜਦੋਂ ਰੂਲ ਚੇਂਜ ਹੋ ਗਏ ਜਦੋਂ ਸਾਨੂੰ ਵਰਕ ਪਰਮਿਟ ਮਿਲੇ ਆ ਤੇ ਉਹੀ ਸਾਡਾ ਵਰਕ ਪਰਮਿਟ 1 ਸਾਲ ਦਾ ਜੀ ਉਹ 3 ਸਾਲ ਦਾ ਮਿਲ ਗਿਆ ਜੀ ਤੇ ਵਰਕ ਪਰਮਨਟ ਦੇ ਥੋੜੇ ਜਿਹਾ ਵੀ ਥੋੜੇ ਜਿਹਾ ਫਾਇਦੇ ਵੀ ਹੈਗੇ ਹਨ ਕਿ ਆਪਾਂ ਕਹਿੰਦੇ ਹੈ ਨਾ ਆਪਾਂ ਉਹਨੂੰ ਮਿਸ ਵੀ ਕਰਦੇ ਸਟੂਡੈਂਟ ਲਾਈਫ ਨੂੰ ਮਤਲਬ 20 ਘੰਟੇ ਨਾਲ ਇੱਕ ਕੰਮ ਕਰਦੇ ਹਾਂ ਜਿਵੇਂ ਸਟੂਡੈਂਟ ਲਾਈਫ ਸਟੇ ਉਹਦੇ ਵਿੱਚ ਸਾਨੂੰ ਅਸੀਂ ਫੁੱਲ ਟਾਈਮ ਕੰਮ ਕਰ ਸਕਦੇ ਜੋ 40 ਘੰਟੇ ਦੇ ਤੇ ਸਰਕਾਰ ਸਾਨੂੰ ਪਰਮਿਟ ਕਰਦੀ ਮਤਲਬ ਲਾਉ ਕਰਦੀ ਲਾਉ ਜੀ ਤੇ ਉਹਦੇ ਵਿੱਚ ਕਾਫੀ ਡਿਫਰੈਂਸ ਹੈ ਮੈਨੂੰ ਲੱਗਦਾ ਫਿਰ ਜਦੋਂ ਬੰਦਾ ਸੱਤੇ ਦਿਨ ਪੰਜ ਦਿਨ ਕੰਮ ਕਰ ਲਾਪਾ ਫਿਰ ਬੰਦਾ ਸੋਚਦਾ ਯਾਰ ਮੈਂ ਸਟੂਡੈਂਟ ਲਾਈਫ ਮੇਰੀ ਵਧੀਆ ਹੁੰਦੀ ਤੇ ਮਤਲਬ ਇਹੀ ਹੈ ਵੀ ਆਪਾਂ ਨੂੰ ਮੇਜਾ ਜਿਹੜਾ ਟਾਈਮ ਟੱਪ ਜਾਂਦਾ ਉਹ ਸੀ ਉਹਨੂੰ ਬਾਅਦ ਚ ਸੋਚਦੇ ਵੀ ਆ ਉਹ ਵਧੀਆ ਸੀ ਉਹ ਵਧੀਆ ਸੀ ਇਸ ਲਈ ਮੈਂ ਇਹ ਕਹਿੰਦਾ ਵੀ ਜਿਹੜਾ ਵੀ ਕੰਮ ਕਰਨਾ ਹੈ ਨਾ ਦਿਲਾ ਖਰੇ ਕਰੋ ਤੇ ਆਪਣਾ ਇੰਜੋਏ ਕਰੇ ਕਰੋ ਵੀ ਨਾਲ ਦੀ ਨਾਲ ਨਾ ਹੈ ਨਾ ਆਪਾਂ ਗਏ ਨੇ ਤੇ ਇੰਜੋਏ ਤੇ ਵੱਡਾ ਬਹੁਤ ਸ਼ਬਦ ਇੰਜੋਏ ਜੀ ਜਿਹੜਾ ਬੰਦਾ ਕਰਦਾ ਤੇ ਉਹ ਹੀ ਮੈਨੂੰ ਲੱਗਦਾ ਵਧੀਆ ਕਰਦਾ ਇੰਜੋਏ ਜਿਵੇਂ ਸਟੂਡੈਂਟ ਵੀਜੇ ਤੋਂ ਲੈ ਕੇ ਵਰਕ ਵੀਜੇ ਦਾ ਸਫਰ ਕਿਦਾਂ ਰਿਹਾ ਕੀ ਚੇਂਜ ਆਇਆ ਜ਼ਿੰਦਗੀ 'ਚ ਵੀ ਸਟੂਡੈਂਟ ਵੀਜੇ 'ਚ ਆ ਸੀ ਤੇ ਵਰਕ ਵੀਜੇ ਦੇ ਵਿੱਚ ਇਦਾਂ ਹੋ ਗਿਆ ਕੀ ਚੇਂਜ ਲੱਗਿਆ ਤੁਹਾਨੂੰ ਇੱਕ ਤਾਂ ਜੀ ਇਹ ਹੈ ਜੀ ਆਪਾਂ ਸਟੂਡੈਂਟ ਲਾਈਫ ਜਾ ਕੇ ਕੋ ਦੋ ਦਿਨ ਵਧੀਆ ਕੱਪੜੇ ਪਾ ਲੈਣੇ ਜੀ ਕੱਲ ਨੂੰ ਜਾਇਣਾ ਆ ਕੇ ਆ ਕੇ ਸ਼ਾਮ ਨੂੰ ਆਪਣੇ ਘਰੇ ਆ ਜਾਣਾ ਜੀ ਕੰਮ ਵੀ ਕਰ ਲੈਣਾ ਹੈ ਨਾ ਇਹ ਕੋਲ ਚੱਲਣਾ ਮਤਲਬ ਉਹ ਚ ਬੰਦੇ ਨੂੰ ਹਰੇਕ ਤਰ੍ਹਾਂ ਮਤਲਬ ਹਰੇਕ ਕੰਮ ਬੈਲੈਂਸ ਜੇ ਚੱਲਦਾ ਰਹਿੰਦਾ ਹੁੰਦਾ ਤੇ ਜਦੋਂ ਵਰਕ ਵੇ ਵੜਾ ਕੇ ਜੀ ਉਦੋਂ ਤੋਂ ਮੈਂ ਲਗਾਦਾ ਸੀ ਨਵੇਂ ਕੱਪੜੇ ਮਿਲਦਾ ਸ਼ਨੀਵਾਰ ਉਹ ਕਦੇ ਕਦੇ ਜੇ ਕਿਤੇ ਬਾਹਰ ਘੁੰਮਣੇ ਉਦੋਂ ਹੀ ਪਾਣੇ ਪੈਂਦੇ ਜੀ ਸਾਨੂੰ ਤੇ ਇੱਕ ਹੈ ਜੀ ਸਾਨੂੰ ਕੰਮ ਮਤਲਬ ਪੰਜ ਦਿਨ ਸਾਨੂੰ ਇੱਕ ਤਰ੍ਹਾਂ ਤੁਸੀਂ ਰਿਸਪੌਂਸਿਬਲ ਗਾਇ ਸਾਨੂੰ ਵੜਾ ਦਿੰਦੇ ਇਹ ਵੀ ਤੁਸੀਂ ਆਪਣਾ ਤੇ ਤੋਂ ਇਹਨੇ ਕਿੰਨਾ ਥੋੜਾ ਕੰਮ ਹੋਣਾ ਜੀ ਤੇ ਕਿਉਂ ਉਸ ਟਾਈਮ ਆਇਆ ਹੁੰਦਾ ਜੀ ਥੋੜਾ ਜਿਹਾ ਲਾਲਚ ਵੀ ਹੁੰਦਾ ਜੀ ਵੀ ਯਾਰ ਇਹ ਚਲੋ ਥੋੜਾ ਬਾਹਰੋਂ ਇੰਡੀਆ ਆਏ ਇੰਡੀਆ ਤੋਂ ਆਏ ਨਾ ਵੀ ਚਲੋ ਥੋੜੇ ਜਿਹੇ ਪੈਸੇ ਜੋੜ ਲਈਏ ਵੀ ਹੁਣ ਫੁੱਲ ਟਾਈਮ ਹੋ ਗਿਆ ਕਿਉਂਕਿ ਸਾਨੂੰ ਪਤਾ ਖਰਚੇ ਬਹੁਤ ਹੈ ਜੀ ਉਰੇ ਕਹਿ ਦਿੰਦੇ ਜੀ ਮਹਿੰਗੀਆਂ ਕੰਟਰੀਆਂ ਹਨਾ ਤੇ ਆਪਾਂ ਨੂੰ ਆਪਣੇ ਖਰਚੇ ਆਪ ਹੀ ਮੈਨੇਜ ਕਰਨੇ ਪੈਂਦੇ ਜੀ ਤੇ ਇੱਕ ਜਦੋਂ ਆਪਾਂ ਕਿਸੇ ਨੂੰ ਸ਼ਨੀ ਹੈ ਤੇ ਬਾਹਰੋਂ ਕਿਸੇ ਘਰ ਕਿਸੇ ਨਾਲ ਪਾਰਟੀ ਰੱਖ ਲੈਣ ਜੀ ਅਸੀਂ ਉੱਥੇ ਜਾਣਾ ਜੀ ਨਲ ਲਗਣਾ ਚੰਗਾ ਲਾ ਵੀ ਹਾਂ ਵੀ ਚਲੋ ਜੀ ਅੱਜ ਸ਼ਨੀਵਾਰ ਨੂੰ ਪਾਰਟੀ ਕਰਦੇ ਫਿਰ ਸਾਰੇ ਕਿਨਾਂ ਵੀਕਐਂਡ ਇੰਜੋਏ ਵੀਕਐਂਡ ਇੰਜੋਏ ਉਹ ਕਹਿੰਦੇ ਹੁੰਦੇ ਯੂਸ ਟਾਈਮ ਉੱਥੇ ਤੇ ਇਦਾਂ ਦੇ ਮਤਲਬ ਕਾਫੀ ਚੇਂਜ ਆਇਆ ਜੀ ਵਰਕ ਬੀਜੇ ਦੇ ਵਿੱਚ ਤੇ ਕਈ ਵਾਰ ਫਿਰ ਸਾਨੂੰ ਪਤਾ ਜਿਹੜਾ ਕੰਮ ਕਰਨਾ ਜੀ ਇੱਕ ਸੜੀ ਦਾ ਪੇ ਚੈੱਕ ਬੜੀ ਗੰਦੀ ਚੀਜ਼ ਹੈ ਯੂ ਕਈ ਵਾਰ ਬੰਦੇ ਨੂੰ ਆ ਜੀ ਕਹਿੰਦੇ ਮਿੱਠੀ ਜੇਲ ਹੈ ਮੈਂ ਮਿੱਠੀ ਜੇਲ ਨਹੀਂ ਕਹਿੰਦੇ ਬੰਦਾ 5 ਦਿਨ ਕਰਕੇ ਜਦੋਂ 100 ਮੰਗਲਵਾਰ ਨੂੰ ਪੇ ਆਉਂਦੀ ਜੀ ਬੰਦਾ ਕਹਿੰਦਾ ਚਲੋ ਜੀ ਸਾਡਾ ਹੁਣ ਥੋੜਾ ਜਿਹਾ ਠੀਕ ਹੋ ਗਿਆ ਵੀ ਹਾਂ ਜਿਹੜਾ ਸੀ ਤੇ ਚੈੱਕ ਆਨ ਕਰਕੇ ਜੀ ਫਿਰ ਬੰਦਾ ਫੇਰ ਅਗਲੇ ਵੀਕ ਭੱਜਦਾ ਜੀ ਹਨਾ ਤੇ ਇਹਦਾ ਲਗ ਲਗ ਜੋਬਾ ਬਹੁਤ ਜੋਬਾ ਕੀਤੀ ਹੈ ਵਰਕ ਪਰਮਿਟ ਤੇ ਜੀ ਮੈਂ ਤੇ ਮਤਲਬ ਵਕ ਵਕ ਦਾ ਖੇਤਾਂ ਦੇ ਵਿੱਚ ਕੰਮ ਕੀਤਾ ਜੀ ਤੇ ਕੋਈ ਇਦਾਂ ਦੀ ਗੱਲ ਹੋਏ ਵੀ ਤੁਸੀਂ ਵਰਕ ਵੀਜ਼ੇ ਤੇ ਕੋਈ ਕੋਈ ਸ਼ੇਅਰ ਕਰਨੀ ਚਾਹੁੰਦੇ ਹੋਏ ਵੀ ਤੁਹਾਨੂੰ ਵੀ ਹਾਸ ਆਇਆ ਹੋਏ ਵੀ ਹਾਂ ਇਹ ਕੀ ਕਰਤਾ ਮੈਂ ਵੀ ਇਦਾਂ ਵੀ ਕਰਦਾ ਹਾਂ ਹਾਂ ਜੀ ਹਾਂ ਜੀ ਮੈਂ ਨਾ ਇੱਕ ਵਾਰ ਕੀ ਹੋਇਆ ਜਦੋਂ ਨਵਾਂ ਨਵਾਂ ਆਇਆ ਸਟੂਡੈਂਟ ਲਾਈਫ ਦੇ ਵਿੱਚ ਤੇ ਉਦੋਂ ਆਪਾਂ ਨੂੰ ਐਦਾਂ ਲੱਗਦਾ ਵੀ ਚਲੋ ਬਾਹਰ ਚਲੀਏ ਹਨਾ ਅਸੀਂ ਆਏ ਜੀ ਤੇ ਮੈਨੂੰ 45ਵੇਂ ਦਿਨ ਜੀ ਮੇਰੇ ਮਾਲਕ ਨੇ ਮੈਨੂੰ ਕਹਿੰਦਾ ਸੀ ਬੰਬੇ ਜਾਣਾ ਜਿਹੜਾ ਕੰਮ ਵਾਲਾ ਤੇ ਇੱਕ ਆਪਾਂ ਹੁਣ ਇੰਡੀਆ 'ਚ ਵੀ ਬੰਬੇ ਹੈਗਾ ਨਾ ਅਸੀਂ ਮੂੰਹ ਹੁਣ ਅੱਜਕੱਲ ਮੁੰਬਈ ਕਹਿੰਦੇ ਹੁੰਦੇ ਤੇ ਚਲੋ ਆਪਾਂ ਇੰਡੀਆ ਨੇਵੀਗੇਸ਼ਨ ਕਦੇ ਨਹੀਂ ਵਰਤੀ ਜੀ ਹਨਾ ਕਿਉਂਕਿ ਆਪਾਂ ਇੱਕ ਪਿੰਡ ਸ਼ਹਾਹਾਰਨ ਦੇ ਪਿੰਡਾਂ ਦੇ ਵਿੱਚੋਂ ਆਦੇ ਜੀ ਹਨਾ ਤੇ ਉਦੋਂ ਐਨੀ ਟੈਕਨੋਲੋਜੀ ਮੇਰੇ ਹਿਸਾਬ ਨਾਲ ਅਸੀਂ ਐਨੀ ਵਰਤੀ ਵੀ ਨਾ ਹੈਗੀ ਜੀ ਇੰਡੀਆ ਨਾ ਉਸ ਟਾਈਮ ਲੱਗਾ ਇੰਨਾ ਉਦੋਂ ਦਾ ਯੁੱਗ ਹੈਗਾ ਤਾਂ ਜੀ ਪਰ ਸਾਡੇ ਘਰ ਦੇ ਨਾਲ ਸਾਨੂੰ ਥੋੜੇ ਪ ਤੇ ਉਹਰੇ ਆਕੇ ਜਿਓ ਕਹਿੰਦਾ ਬੰਬੇ ਜਾਣਾ ਜੀ ਮੈਂ ਨਾ ਉਹਨੂੰ ਕਹਿੰਦਾ ਆ ਲੈ ਨੇਵੀਗੇਸ਼ਨ ਤੇ ਇਹਦੇ ਵਿੱਚ ਪਾ ਲੈ ਤੇ ਜਦੋਂ ਮੈਂ ਬੰਬੇ ਪਾਇਆ ਸ਼ਬਦ ਇਹ ਵਾਲਾ ਸ਼ਬਦ ਵੀ ਜੀ ਨੇ ਉਹ ਸਾਨੂੰ ਹਿੰਦੀ ਵਾਲਾ ਬੰਬੇ ਲੈ ਗਿਆ ਤੇ ਬੰਬੇ ਮੈਂ ਕਹਾ ਯਾਰ ਅਸੀਂ ਉੱਥੋਂ ਤਾਂ ਆਏ ਉੱਥੇ ਦੁਆਰਾ ਕੀ ਕਰਨ ਜਾਣਾ ਸੀ ਤਾਂ ਬਸ ਅਸੀਂ ਤਾਂ ਉੱਥੋਂ ਆਏ ਤੇ ਜੀ ਜਦੋਂ ਫਿਰ ਅਸੀਂ ਉੱਥੇ ਗਏ ਕੰਮ ਕੀਤਾ ਜੀ ਸਾਰਾ ਦਿਨ ਤੇ ਉਹ ਇੱਥੇ ਨਿਊਜ਼ੀਲੈਂਡ 477 ਐਗਜ਼ਿਟ ਹੈ ਜੀ ਹਨਾ ਤੇ ਸ਼ਾਮ ਨੂੰ ਕਹਿੰਦਾ ਤੂੰ ਚਲ ਜੂਗਾ ਵੈਨ ਉਹ ਕਹਿੰਦਾ ਮੇਰਾ ਮਾਲਕ ਕਹਿੰਦਾ ਜੀ ਮੈਂ ਕਹਾ ਹਾਂਜੀ ਚਲ ਜੂਗਾ ਕਹਿੰਦਾ ਜਿੱਦਾਂ ਜਿੱਦਾਂ ਆਏ ਜਿੱਦਾਂ ਉਦਾਂ ਉਦਾਂ ਚ ਤੇ ਉਹ ਸਾਨੂੰ ਪਤਾ ਇੱਥੇ ਅੱਜ ਕੱਲ ਇੱਕ ਜਾਣ ਵਾਲਾ ਰਸਤਾ ਦਾ ਇੱਕ ਆਣ ਵਾਲਾ ਰਸਤਾ ਹੁੰਦਾ ਜੀ ਉਹ ਜਿੱਧਰ ਉਹ ਜਾਂਦੇ ਸੀ ਮੈਂ ਉਧਰ ਮੈਂ ਕਿ ਮੈਂ ਉਧਰ ਹੀ ਆਇਆ ਜੀ ਮੈਂ ਉਧਰ ਹੀ ਡਾਬਣਾ ਉਧਰ ਹੀ ਗੱਡੀ ਲਾਤੀ ਜੀ ਆਪਣੀ ਤੇ ਜਦੋਂ ਮੋੜੇ ਲੱਟਾ ਪਈਆਂ ਮਤਲਬ ਮੈਨੂੰ ਆਪਣੇਆਂ ਨੂੰ ਬੜਾ ਮਹਿਸੂਸ ਹੋਇਆ ਵੀ ਹੈ ਨਾ ਵੀ ਥੋੜਾ ਜਿਹਾ ਆਪ ਨੂੰ ਆਪਣਾ ਦਵਾਕੀ ਬਰਤਣਾ ਚਾਹੀਦਾ ਵੀ ਆਪਾਂ ਉਹ ਕਰਕੇ ਤੇ ਫਿਰ ਜਿਵੇਂ ਵੀਰੇ ਤੁਸੀਂ ਗੱਲ ਕੀਤੀ ਹੁਣ ਨੈਵੀਗੇਸ਼ਨ ਦੀ ਵੀ ਇੰਡੀਆ ਨਹੀਂ ਸੀ ਪਤਾ ਪਰ ਮੈਨੂੰ ਨਹੀਂ ਲੱਗਦਾ ਵੀ ਜਿਵੇਂ ਅੱਜ ਦੇ ਸਮੇਂ 'ਚ ਕੋਈ ਇੰਡੀਆ ਤੋਂ ਆਏ ਨਵਾਂ ਤੇ ਇਹ ਨੂੰ ਨੈਵੀਗੇਸ਼ਨ ਦਾ ਨਾਮ ਪਤਾ ਕਿਉਂਕਿ ਅੱਜ ਦੇ ਟਾਈਮ ਹਰੇਕ ਦੇ ਕੋਲ ਫੋਨ ਆ ਹਰੇਕ ਦੇ ਫੋਨ ਦੇ ਵਿੱਚ ਸਭ ਕੁਝ ਆ ਨੈਵੀਗੇਸ਼ਨ ਇੰਡੀਆ ਵੀ ਵਰਤਦੇ ਆ ਸਭ ਕੁਝ ਕਰਦੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਵੀ ਕੋਈ ਇੱਥੇ ਆਏ ਵੀ ਉਹ ਨੂੰ ਇਦਾਂ ਦੀ ਗਲਤੀ ਕਰੇਗਾ ਕਿਉਂਕਿ ਉਦੋਂ ਸਮਾਂ ਹੋਰ ਸੀ ਭਾਵੇਂ ਚਲੋ ਇੰਨਾ ਫਰਕ ਨਹੀਂਗਾ ਵੱਧ ਤੋਂ ਵੱਧ 6-7 ਸਾਲ ਪਹਿਲਾਂ ਦੀ ਗੱਲ ਕਰਦੇ ਆ ਆਪਾਂ 6-7 ਸਾਲਾਂ ਦੇ ਵਿੱਚ ਹੀ ਬਹੁਤ ਕੁਝ ਚੇਂਜ ਹੋ ਗਿਆ ਤੇ ਇੱਕ ਛੋਟਾ ਜਿਹਾ ਸਵਾਲ ਔਰ ਤੇ ਤੁਸੀਂ ਫਿਰ ਉਹ ਇੰਡੀਆ ਤੋਂ ਆਏ ਤੇ ਉਦੋਂ ਬਾਅਦ ਇੰਡੀਆ ਦਾ ਕਿਹੜਾ ਵਜਾ ਗਈ ਹੋਰ ਕੇ ਹਾਂਜੀ ਮੈਂ ਦੋ ਵਾਰ ਇੰਡੀਆ ਜਾਇਆ ਜੀ ਜਦੋਂ ਮੈਂ ਆਇਆ ਵ ਤੇ ਇੰਡੀਆ ਵਾ ਪਹਿਲੀ ਵਾਰ ਜ ਗਿਆ ਜਦੋਂ ਮੈਂ ਗਿਆ 3 ਸਾਲ ਮਤਲਬ ਵਰਕ ਪੇਮੈਂਟ ਤੇ ਗਿਆ ਮੈਂ ਪਹਿਲੀ ਵਾਰ 3 ਸਾਲ 3 ਕੁ ਮਹੀਨੇ ਦੇ ਬਾਅਦ ਗਿਆ ਜੀ ਮੈਂ ਉਦੋਂ ਬਹੁਤ ਫਰਕ ਪੈ ਗਿਆ ਜੀ ਇੰਡੀਆ ਹੈਨਾ ਉਦੋਂ ਜਦੋਂ ਪਹਿਲੀ ਵਾਰ ਇੰਡੀਆ ਗਿਆ ਉਦੋਂ ਘਰ ਦੇ ਆਪਣੇ ਕੀ ਕਹਿੰਦੇ ਹੁੰਦੇ ਜਿੱਦਾਂ ਮੈਨੂੰ ਆਏ ਜਿੱਦਾਂ ਜਿੱਦਾਂ ਛੱਡਣਾ ਨੇ ਹੁੰਦੇ ਜਿੱਦਾਂ ਉੱਦੀ ਲੈਣਾ ਨੇ ਹੁੰਦੇ ਪਹਿਲੀ ਵਾਰ ਹੈਨਾ ਤੇ ਉਹਨੇ ਜਦੋਂ ਗਏ ਜੀ ਫਿਰ ਅਜੇ ਘਰੇ ਗਏ ਆਪਣੇ ਹੈਨਾ ਮਤਲਬ ਉਦੋਂ ਮੈਨੂੰ ਥੋੜਾ ਜਿਹਾ ਐਦਾਂ ਲੱਗਿਆ ਵੀ ਇੱਕ ਤਾਂ ਉੱਥੇ ਧੂੜ ਜਿੱਦਾਂ ਜਿੱਥੇ ਥੋੜਾ ਜਿਹਾ ਬਾਹਰ ਦੇ ਸੋਹਣੇ ਸੁਥਰੇ ਜੀ ਸਫਾਈ ਬਹੁਤ ਤੇ ਇੰਡੀਆ ਸਾਨੂੰ ਪਤਾ ਆਪਣੇ ਢੇਰ ਸਾਰੇ ਆਪਣੇ ਪਿੰਡ ਤੋਂ ਹੈ ਨਾ ਮਤਲਬ ਜਿੱਦੇ ਪਿੰਡ ਸਟਾਰਟ ਹੋ ਗਿਆ ਇਹ ਆਪਣੇ ਕਾਫੀ ਹੈ ਨਾ ਧੂੜ ਮਿੱਟੀ ਜੀ ਸ਼ਹਿਰਾਂ ਦੇ ਵਿੱਚ ਫੇਰ ਪਹਿਲੀ ਵਾਰ ਤਾਂ ਉੱਥੇ ਰਹਿ ਘਰੇ ਆਪਣੇ 2 ਮਹੀਨੇ ਲਈ ਗਿਆ ਦਾ ਜੀ ਮੈਂ ਮਤਲਬ ਵੀ ਰਿਸ਼ਤਦਾਰਾਂ ਨੂੰ ਮਿਲਿਆ ਇੱਕ ਦੇ ਇੱਕ ਗੱਲ ਮੈਨੂੰ ਬੜੀ ਚੰਗੀ ਲੱਗਦੀ ਜਦੋਂ ਬਾਹਰ ਜਾਂਦਾ ਬੰਦਾ ਇੱਕ ਇਹ ਇੱਜ਼ਤ ਉਹ ਕਰਦੇ ਜੀ ਉਹ ਕਿਉਂਕਿ ਉਹ ਬੰਦੇ ਨੇ ਵਧੀਆ ਕੱਪੜਾ ਲੀੜਾ ਪਾਇਆ ਹੁੰਦਾ ਹੈ ਨਾ ਚਲੋ ਇੱਧਰ ਨਹੀਂ ਮਿਲਦਾ ਮੌਕਾ ਇਹਨਾਂ ਪਰ ਉਧਰ ਥੋੜੇ ਹਰੇ ਕੋਈ ਬੰਦਾ ਰਿਸਪੈਕਟ ਕਰਦਾ ਜੀ ਹੈ ਨਾ ਫੇਰ ਉੱਥੇ ਮੈਂ 1.5-2 ਮਹੀਨੇ ਰਹਿ ਕੇ ਨੂੰ ਜੀ ਲੱਗਦਾ ਜੀ ਉੱਦਾਂ ਉਹ ਆਪਣੇ ਇੰਡੀਆ ਘਰੇ ਜੀ ਆਪਣ ਨੂੰ ਫੇਜ ਨੂੰ ਫੇਰ ਬਾਬਸਾਂ ਦਾ ਟਾਈਮ ਹੋ ਜਾਂਦਾ ਤੇ ਵਧੀਆ ਲੱਗਿਆ ਜੀ ਪਹਿਲੀ ਵਾਰ ਜਦੋਂ ਮੈਂ ਇੰਡੀਆ ਗਈ ਆ ਜੀ ਹਾਂਜੀ ਵੀਰੇ ਜਿੱਦਾਂ ਤੁਸੀਂ ਦੱਸਿਆ ਇੰਡੀਆ ਜਾ ਕੇ ਆਇਆ ਪਰ ਤੁਹਾਨੂੰ ਇੱਥੇ ਆ ਕੇ ਕੀ ਚੇਂਜ ਲੱਗਿਆ ਇੰਡੀਆ ਅੱਜ ਤੋਂ ਕੁਝ ਸਾਲ ਪਹਿਲਾਂ ਤੇ ਹੁਣ ਦੇ ਵਿੱਚ ਉਦਾਂ ਹਾਂਜੀ ਭਾਈ ਮੈਂ ਬਹੁਤ ਚੀਜ਼ਾਂ ਨੋਟ ਕੀਤੀ ਹੈ ਜੀ ਹੁਣ ਬਹੁਤ ਟਾਈਮ ਚੇਂਜ ਹੋ ਗਿਆ ਜੀ ਤੇ ਅੱਜ ਕੱਲ ਮੇਰੇ ਹਿਸਾਬ ਨਾਲ ਦਿਨ ਪੜ ਦੇ ਨੇ ਟੈਕਨੋਲੋਜੀ ਬਹੁਤ ਆ ਗਈ ਅੱਜ ਕੱਲ ਹਰੇਕ ਬੰਦੇ ਦੇ ਹੱਥ ਵਿੱਚ ਫੋਨ ਹੋ ਗਿਆ ਜੀ ਜ਼ਰੂਰੀ ਤੇ ਮੇਰੇ ਸਾਹਬ ਨਾਲ ਅੱਜ ਕੱਲ ਛੋਟੇ ਛੋਟੇ ਨਿਆਣੇ ਜੀ ਅੱਜ ਕੱਲ ਕਹਿੰਦੇ ਹੁੰਦੇ ਵੀ ਮੰਮੀ ਕਹਿੰਦੇ ਵੀ ਘਰ ਦੇ ਵੀ ਜੇ ਕਿਸੇ ਨੂੰ ਨਹੀਂ ਨਿਆਣਾ ਨਹੀਂ ਚੁੱਪਾਂਦੇ ਤਾਂ ਫੋਨ ਦੇ ਦਿਓ ਜੀ ਤੇ ਹਰੇਕ ਬੰਦੇ ਕੋਲ ਫੋਨ ਹੈ ਜੀ ਉੱਥੇ ਤੇ ਹਰੇ ਕੋਈ ਆਪਣਾ ਮਤਲਬ ਨੈਟ ਨੈਟ ਬਾਰੇ ਉਹ ਜਿਹੜੇ ਨੂੰ ਪਤਾ ਲੱਗ ਗਿਆ ਜੀ ਫੇਸਬੁੱਕ ਜੀ ਆਪਣੀ ਹੈ ਨਾ ਇਦਾਂ ਦੀ ਨਵੀਆਂ ਨਵੀਆਂ ਐਪਾਂ ਬਾਰੇ ਬਹੁਤ ਪਤਾ ਲੱਗ ਗਿਆ ਹੁਣ ਤਾਂ ਇੰਟਰਨੈਟ ਬੈਂਕਿੰਗ ਵੀ ਕਾਫੀ ਜਣੇ ਚਲਾਉਣ ਲੱਪੇ ਤੇ ਬਾਕੀ ਗੱਡੀਆਂ ਦਾ ਜੀ ਹਰੇਕ ਮਤਲਬ ਪੰਜਾਬ ਦੇ ਵਿੱਚ ਹਰੇਕ ਘਰ ਦੇ ਵਿੱਚ ਮਲੇ ਸਾਬ ਨਾਲ ਪੈਸਾ ਵਧਿਆ ਜਿੱਦਾਂ ਇਹਨੂੰ ਆਪਾਂ ਪਾਵਰਟੀ ਲੈਣ ਕਹਿੰਦੇ ਉਹਨੂੰ ਥੋੜਾ ਜਿਹਾ ਬਹੁਤ ਉੱਪਰ ਲੋਕੀ ਆ ਗਏ ਜੀ ਤੇ ਇਦਾਂ ਦੀਆਂ ਗੱਲਾਂ ਮੈਂ ਬਹੁਤ ਲੋੜ ਕੀਤੀਆਂ ਜੀ ਤੇ ਆਪਣਾ ਖਾਣਾ ਪੀਣਾ ਸਟੈਂਡਰਡ ਬਿਆਮਾ ਦੇ ਵਿੱਚ ਵੀ ਦੇਖਿਆ ਜੀ ਮੈਂ ਜਾ ਕੇ ਬਲੀ ਹਰੇ ਹਾਈ ਫਲਾਈ ਕਲਾਸ ਆਪਾਂ ਮੈਂ ਲੱਗਾ ਮਨ ਉਹ ਕੰਮ ਹੋ ਗਿਆ ਜੀ ਆਪਣਾ ਇੰਡੀਆ ਦੇ ਵਿੱਚ ਹਾਂਜੀ ਜਿਵੇਂ ਭਾਈ ਤੁਸੀਂ ਦੱਸਿਆ ਵੀ ਇੰਨਾ ਕੋਈ ਚੇਂਜ ਹੋ ਗਿਆ ਮੈਂ ਵੀ ਐਦ ਕੀਆ 7-8 ਮਹੀਨੇ ਪਹਿਲਾਂ 5 ਕਸਾਲਾਂ ਬਾਅਦ ਗਿਆ ਸੀ ਇੰਡੀਆ ਇੰਡੀਆ 'ਚ ਚਲੋ ਚੇਂਜ ਹੋਣਾ ਮਾੜੀ ਗੱਲ ਨਹੀਂ ਮਾਡਰਨ ਹੋਣਾ ਮਾੜੀ ਗੱਲ ਨਹੀਂ ਚੰਗੀ ਗੱਲ ਆ ਹਰੇਕ ਕੋਈ ਹੋਏ ਸਿੱਖਣ ਨੂੰ ਮਿਲਦਾ ਪਰ ਅੱਜ ਦੇ ਟਾਈਮ ਇੰਨਾ ਮਾਡਰਨ ਨਹੀਂ ਹੋਣਾ ਚਾਹੀਦਾ ਜਿਵੇਂ ਹੁਣ ਆਪਾਂ ਸਕੂਲ ਟਾਈਮ ਸੀ ਆਪਣਾ ਆਪਾਂ 7ਵੀਂ 8ਵੀਂ ਚ ਪੜਦੇ ਸੀ ਆਪਾਂ ਉਦੋਂ ਮੋਟਰਸਾਈਕਲ ਲੈ ਕੇ ਜਾਣਾ ਚਲੋ ਗੱਡੀ ਤਾਂ ਬਹੁਤ ਦੂਰ ਦੀ ਗੱਲ ਉਦੋਂ ਮੋਟਰਸਾਈਕਲ ਲੈ ਕੇ ਜਾਣਾ ਪੂਰੇ ਪਰਿਵਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਵੀ ਹਾਂਜੀ ਅੱਜ ਲੈ ਜਾ ਤੇ ਜੇ ਕਦੇ ਹਾਂ ਕਰ ਦੇਣਾ ਕਰ ਦੇਣੇ ਮੈਂ ਨਾ ਵਿਆਹ ਜਿੰਨਾ ਚਾਹ ਚੜ ਜਾਂਦਾ ਵੀ ਅੱਜ ਮੈਂ ਮੋਟਰਸਾਈਕਲ ਤੇ ਸਕੂਲ ਚੱਲਣਾ ਤੇ ਪਰ ਅੱਜ ਦੇ ਟਾਈਮ ਮੋਟਰਸਾਈਕਲ ਦੀ ਗੱਲ ਛੱਡੋ ਜਵਾਕਾਂ ਨੂੰ ਮੈਂ ਜੋ ਵੇਖਿਆ ਜਾ ਕੇ ਗੱਡੀ ਲੈ ਕੇ ਜਾਣੀ ਆ ਤਾਂ ਨਹੀਂ ਪਰミਸ਼ਨ ਲੈਣ ਦੀ ਲੋੜ ਨਾ ਘਰ ਦੇ ਪੁੱਛਦਿਆ ਵੀ ਕਿੱਥੇ ਚੱਲਿਆਂ ਕਿਉਂ ਚੱਲਿਆਂ ਚਲੋ ਮਾੜੀ ਗੱਲ ਨਹੀਂ ਹਰੇਕ ਦੇ ਚਲੋ ਹੈਗੇ ਆ ਚਾਰ ਪੈਸੇ ਚਲੋ ਗੱਡੀ ਹੈਗੀ ਆ ਮੋਟਰਸਾਈਕਲ ਮਾੜੀ ਗੱਲ ਨਹੀਂ ਪਰ ਫਿਰ ਵੀ ਮਾਪਿਆਂ ਨੂੰ ਕਿਤੇ ਚਾਹੀਦਾ ਵੀ ਪਰਮਿਸ਼ਨ ਦਵੋ ਜਵਾਕਾਂ ਨੂੰ ਵੀ ਹਾਂ ਭਾਈ ਆ ਜਾ ਲੈ ਜਾ ਉਹ ਲੈ ਜਾ ਤੇ ਜਵਾਕਾਂ ਨੂੰ ਵੀ ਚਾਹੀਦਾ ਘਰ ਦੇ ਦੀ ਪਰਮਿਸ਼ਨ ਲੈ ਕੇ ਤੇ ਮਾਡਰਨ ਹੋਣਾ ਵੀ ਮਾੜੀ ਗੱਲ ਨਹੀਂ ਬਟ ਐਨੇ ਵੀ ਨਾ ਮਾਡਰਨ ਹੋਈਏ ਆਪਾਂ ਵੀ ਜਿਹੜੇ ਜਵਾਕ ਆਪਣੇ ਹੱਥੋਂ ਨਿਕਲ ਜਾਣ ਉਹੀ ਗੱਲ ਹੈ ਨਾ ਤੇ ਜਿਵੇਂ ਹੁਣ ਤੁਸੀਂ ਦੱਸਿਆ ਤੇ ਚਲੋ ਹੁਣ ਆਪਾਂ ਆਉਨੇ ਆ ਨਿਊਜ਼ੀਲੈਂਡ ਦੇ ਵਿੱਚ ਤੇ ਅੱਜ ਦੇ ਟਾਈਮ ਕੀ ਜੋਬ ਚੱਲ ਰਹੀ ਤੁਹਾਡੀ ਹਾਂਜੀ ਅੱਜ ਕੱਲ ਦੇ ਸਮੇਂ ਵਿੱਚ ਜੀ ਆਪਣੇ ਨਿਊਜ਼ੀਲੈਂਡ ਵਿੱਚ ਦੋ ਜਿੱਦਾਂ ਸੁਪਰਮਾਰਕਟ ਆ ਬਹੁਤ ਵੱਡੇ ਜੀ ਜਿਹਨੂੰ ਆਪਾਂ ਪੈਕਨ ਸੇਵ ਤੇ ਨਿਊ ਵਾਲਡ ਦਾ ਨਾਮ ਦਿੰਦੇ ਆ ਜੀ ਉਰੇ ਤੇ ਉੱਥੇ ਆਪਾਂ ਵੀ ਪ੍ਰੋਡਿਊਸ ਦਾ ਕੰਮ ਜਰਿਆ ਆਪਣਾ ਹੈ ਨਾ ਜਿੱਦਾਂ ਆਪਾਂ ਇੰਡੀਅਨ ਵੈਜੀਟੇਬਲ ਸਬਜ਼ੀਆਂ ਦਾ ਕੰਮ ਹੈ ਨਾ ਤੇ ਚਿੱਲੋ ਫਰੋਜ਼ਨ ਦਾ ਕੰਮ ਜਿੱਥੇ ਇਥੇ ਸਮਾਨ ਡਿਲੀਵਰ ਕਰ ਦਈਏ ਉਹਨਾਂ ਨੂੰ ਮਤਲਬ ਵੀ ਇਹ ਵੀ ਇਹ ਫੂਡ ਫੂਡ ਇੰਡਸਟਰੀ ਦੇ ਵਿੱਚ ਕੰ ਤੇ ਇਹਨਾਂ ਦੀ ਆਪਾਂ ਸਪਲਾਈ ਚੇਨ ਆਪਾਂ ਮਤਲਬ ਆਕਲੈਂਡ ਤੋਂ ਡਿਸਟ੍ਰੀਬਿਊਟਰ ਤੋਂ ਪਿਕ ਕਰਕੇ ਤੇ ਵਕਤ ਵਕਤ ਨਿਊਜ਼ੀਲੈਂਡ ਦੇ ਡਿਫਰੈਂਟ ਸਾਈਟਾਂ ਜਿੱਦਾਂ ਜਿੱਦਾਂ ਪੈਕਿੰਗ ਦੀਆਂ ਸਾਈਟਾਂ ਬਣੀਆਂ ਉੱਥੇ ਡਿਲੀਵਰ ਕਰਦੇ ਜੀ ਨੋਰਮਲ ਮੈਂ ਟਰਕਿੰਗ ਕਰਦਾ ਜੀ ਜਿੱਦਾਂ ਇਹ ਕੰਪਨੀ ਲਈ ਤੇ ਹਾਂਜੀ ਤੇ ਮੇਰਾ ਸਮਾਨ ਕੰਮ ਹੈਗਾ ਜੀ ਇਹਨਾਂ ਨੂੰ ਸਪਲਾਈ ਪਹ ਜਾਣੀ ਟਾਈਮ ਸਰ ਤੇ ਹਰੇਕ ਕੋਈ ਬੰਦਾ ਆਪਣੇ ਘਰੇ ਫੂਡ ਖਾਵੇ ਹਨਾ ਕਿਉਂਕਿ ਇਹ ਹਰੇਕ ਦਾ ਨਿੱਜੀ ਫੂਡ ਤੇ ਬਿਨਾਂ ਸਾਨੂੰ ਪਤਾ ਇਹ ਜ਼ਰੂਰੀ ਐਸੈਂਸ਼ੀਅਲ ਸਰਵਿਸ ਹੈ ਜੀ ਇਹ ਕਿਦਾਂ ਭਾਜੀ ਫਿਰ ਨਾਈਟ ਸ਼ਿਫਟਾਂ ਕਰਦੇ ਆ ਕਿ ਡੇ ਕਰਦੇ ਆ ਤੁਸੀਂ ਆ? ਹਾਂਜੀ ਇਹ ਭਾਈ ਇਹਨੂੰ ਨਾਈਟ ਨਾਈਟ ਸ਼ਿਫਟ ਵਰ ਮੈਨੂੰ ਕਿਉਂਕਿ ਇਹ ਸਾਰਾ ਸਪਲਾਈ ਨਾਈਟ ਸ਼ਿਫਟ ਚੱਲਦੀ ਜੀ ਇਹ ਕਿਉਂਕਿ ਸਵੇਰੇ ਸਵੇਰੇ ਸਾਰ ਨੂੰ ਰਾਤ ਨੂੰ ਇੱਥੇ ਇਹਨੂੰ ਜਿਹਨੂੰ ਆਪਾਂ ਨਾਈਟ ਫੀਲਿੰਗ ਵੀ ਕਹਿ ਦਿੰਦੇ ਹੁਰੇ ਤੇ ਇਹ ਸਮਾਂ ਰਾਤ ਨੂੰ ਪ ਜਾ ਕੇ ਤੇ ਇਹਨੂੰ ਨਾਈਟ ਫੀਲਿੰਗ ਕਰਨੀ ਤੇ ਸਵੇਰ ਨੂੰ ਫੇਰ ਕੋਈ ਵੀ ਆਵੇ ਤੇ ਉਹਨਾਂ ਨੂੰ ਆਪਾਂ ਸਪਲਾਈ ਪਜਾਣੀ ਹੁੰਦੀ ਜ ਸਵੇਰ ਨੂੰ ਸਾਢੇ 6 7 ਤੋਂ ਪਹਿਲਾਂ ਤੇ ਮੇਰਾ ਕੰਮ ਹੈ ਟਰਕਿੰਗ ਦਾ ਜਿਹਦਾ ਨਾ ਮੈਂ ਟਰਕਿੰਗ ਕਰਦਾ ਜੀ ਮੈਂ ਤੇ ਜਾ ਕੇ ਸਮਾਨ ਪਿਕ ਕਰਨਾ ਤੇ ਜਾ ਕੇ ਡਿਸਟ੍ਰੀਬਿਊਟ ਕਰਨਾ ਸਮਾਨ ਦੀ ਉਹੀ ਗੱਲਾਂ ਨਾ ਭਾਈ ਇੱਥੇ ਸਵੇਰੇ ਹੀ ਆਪਾਂ ਵੇਖੀਦਾ ਭੱਜ ਦੌੜ ਸਵੇਰੇ ਸ਼ੁਰੂ ਹੋ ਜਾਂਦੀ ਹੈ ਨਾ ਵੀ ਕੋਈ ਸਵੇਰੇ ਕੋਈ ਦੁਪਹਿਰੇ ਕੋਈ ਨਾਈਟ ਸ਼ਿਫਟ ਵੱਖ-ਵੱਖ ਟਾਈਮ ਆ ਸਾਰਿਆਂ ਦਾ ਹਨਾ ਤੇ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਜਿੱਦਾਂ ਵੀ ਜਿੱਦਾਂ ਭੱਜ ਦੌੜ ਲੱਗੀ ਅੱਜ ਦੇ ਟਾਈਮ ਹਾਂਜੀ ਜ਼ਰੂਰ ਜੀ ਜ਼ਰੂਰ ਇਹ ਤਾਂ ਕਿਉਂਕਿ ਇੰਡੀਆ ਆਪਾਂ ਨੇ ਆਪਾਂ ਟਾਈਮ ਸੈੱਟ ਆਪਣੇ ਘਰੇ 6-7 ਵਜੇ ਸਾਰੇ ਘਰੇ ਫੋਨ ਕਰ ਲਾਪਦੇ ਹਾਂ ਜੀ ਤੂੰ ਕਿੱਥੇ ਰਹਿ ਗਿਆ ਜੀ ਹਨਾ ਤੇ ਉਰੇ ਮਤਲਬ ਇਹ ਸਾਨੂੰ ਰਾਤ ਤੋਂ ਰਾਤ ਸਾਰਾ ਦਿਨ ਕੰਮ ਕਰਨਾ ਪੈਂਦਾ ਜੀ ਕਈ ਵਾਰ ਰਾਤ ساری ਰਾਤ ਵੀ ਕੰਮ ਕਰਨਾ ਪੈਂਦਾ ਜੀ ਤੇ ਤੇਕ ਦੋਦ ਲੈਣਾ ਕਈ ਵਾਰ ਮੈਨੂੰ ਚੇਤੇ ਆ ਜਾਂਦਾ ਬਈ ਕਈ ਵਾਰ ਮੈਨਾਂ ਉੱਥੇ ਸਾਨੂੰ ਘਰ ਦੇ ਸਾਹ ਦੇ ਹੁੰਦੇ ਜਾ ਕੇ ਤੇ ਨਾ ਤੇ ਉਹ ਚ ਕਹਿੰਦੇ ਹੁੰਦੇ ਕਹਿੰਦੇ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੇ ਥੋ ਉੱਤੇ ਐ ਰੁੱਖੀ ਮਿਸਰੀ ਖਾ ਕੇ ਜਾ ਰੂੜੀ ਤੇ ਸੁੱਤੇ ਤੇ ਤੋਂ ਉੱਤੇ ਉਠ ਬੁੱਲੇ ਉਠ ਨਾਮ ਤੇ ਆਲੇ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਮਤਲਬ ਇਹ ਵੀ ਰਾਤ ਨੂੰ ਵੀ ਰੱਬ ਦੇ ਪਿਆਰੇ ਆ ਉਹ ਨਾਮ ਜਪਦੇ ਕੋਈ ਭਗਤੀ ਕਰਦਾ ਜੀ ਹਨ ਤੇ ਇੱਥੇ ਸਾਨੂੰ ਇਹ ਵੀ ਆਪਾਂ ਨੂੰ ਆਪਣਾ ਕੰਮ ਕਰਨਾ ਪੈਂਦਾ ਸਾਡੇ ਕੀਰਤੇ ਸਾਡੇ ਨਾਨਕ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਦੱਸਿਆ ਵੀ ਕੀਰਤ ਕਰੋ ਜੀ ਆਪਣਾ ਹੈ ਨਾ ਤੇ ਬਸ ਇਹ ਹੀ ਹੈ ਕੀਰਤ ਕਰਨੀ ਚਾਹੀਦੀ ਆਪਾਂ ਨੂੰ ਤੇ ਨਾਮ ਜਪਣਾ ਚਾਹੀਦਾ ਜੀ ਇੱਥੇ ਆ ਇੱਥੇ ਆ ਕੇ ਜਿਵੇਂ ਤੁਹਾਨੂੰ ਕਿ ਲੱਗਿਆ ਜ਼ਿੰਦਗੀ ਈਜ਼ੀ ਹੋ ਗਈ ਇੰਦੀ ਉਹਨਾਂ ਨੂੰ ਕਿ ਵੀ ਹੋਰ ਥੋੜਾ ਜਿਹਾ ਔਖਾ ਹੋ ਗਿਆ ਕਦੇ ਕਦੇ ਸੋਚਿਆ ਹੀ ਹੋਏਗਾ ਵੀ ਕਦੇ ਚਲੋ ਕਿਸੇ ਨਾਲ ਸ਼ੇਅਰ ਤੇ ਨਹੀਂ ਕੀਤੀ ਹੋਣੀ ਉਦੋਂ ਕਦੇ ਮਨ 'ਚ ਗੱਲਾਂ ਆਈਆਂ ਕਿਸੇ ਟਾਈਮ ਵੀ ਵੀ ਕਿੱਥੇ ਆ ਗਏ ਕਿਵੇਂ ਸੀ ਉੱਥੇ ਵਧੀਆ ਸੀ ਘਰਦਿਆਂ ਦੇ ਕੋਲ ਪੱਕੀ ਪਕਾਈ ਰੋਟੀ ਮਿਲਣੀ ਸਾਰਾ ਕੁਝ ਹੀ ਬੈੱਡ ਤੇ ਬੈਠਿਆਂ ਮਿਲਣਾ ਇਹ ਉਹਦੇ ਬਾਰੇ ਕੁਝ ਲੈਣਾ ਕੁਝ ਦੱਸਣਾ ਚਾਹੋਗੇ ਤੁਸੀਂ ਜਲਦੀਆਂ ਗੱਲਾਂ ਜਰੂਰ ਜੀ ਕਿਉਂਕਿ ਆਪਾਂ ਇੰਡੀਆ ਕਦੇ ਕੰਮ ਨਹੀਂ ਕੀਤਾ ਹੁੰਦਾ ਜੀ ਤੇ ਉੱਥੇ ਆਪਾਂ ਬਹਿਲੇ ਰਹਿਣ ਕਰਕੇ ਤੇ ਸਾਨੂੰ ਮਤਲਬ ਚੰਗਾ ਲੱਗਦਾ ਵੀ ਅਸੀਂ ਉੱਥੇ ਬਹਿਲੇ ਰਹਿੰਦੇ ਆ ਨਾ ਤੇ ਉਰੇ ਆ ਕੇ ਸਾਨੂੰ ਆਪਣਾ ਜਿੱਦਾਂ ਸਾਡੇ ਕਹਿੰਦੇ ਜੀ ਵੀ ਆਪਣਾ ਹੱਥੀ ਆਪਣਾ ਆਪਣੇ ਹੀ ਕਾਰ ਸਵਾਰੀ ਹੈ ਨਾ ਵੀ ਸਾਨੂੰ ਕੰਮ ਕਰਨਾ ਪੈਂਦਾ ਜੀ ਕੰਟਰੀ ਦੇ ਵਿੱਚ ਇਹਨਾਂ ਦਾ ਹੀ ਆਪਣਾ ਸਿਸਟਮ ਹੈ ਇਦਾਂ ਦਾ ਬਣਾਇਆ ہوا ਕਿ ਸਾਨੂੰ ਕੰਮ ਵੀ ਕਰਨਾ ਪੈਣਾ ਤੁਹਾਡਾ ਖਰਚੇ ਉਸ ਹਿਸਾਬ ਨਾਲ ਬਣਾਏ ਹੋਏ ਹੈ ਨਾ ਤੇ ਜ਼ਿੰਦਗੀ ਵਿੱਚ ਬਹੁਤ ਔਦਲਾ ਵਗ ਗਈ ਇਹ ਕੰਟਰੀ ਦੇ ਵਿੱਚ ਆ ਕੇ ਤੇ ਇੱਕ ਤਰ੍ਹਾਂ ਬੰਦੇ ਦੇ ਕਹਿੰਦੇ ਨੇ ਜੂਨ ਸੁਧਾਰ ਦਿੱਤੀ ਹੈ ਨਾ ਆਪਾਂ ਨੂੰ ਇਦਾਂ ਮਹਿਸੂਸ ਹੁੰਦਾ ਕਿਉਂਕਿ ਕੰਮ ਵੀ ਕਰਨਾ ਆਪ ਬਣਾਣਾ ਆਪ ਖਾਣਾ ਆਪਣੇ ਕੱਪੜੇ ਧੋਣੇ ਹੈ ਨਾ ਆਪਣੀ ਸਫਾਈ ਦੇਖਣੀ ਮਤਲਬ ਬਹੁਤ ਚੀਜ਼ਾਂ ਆਈਆਂ ਜਿਹੜੀ ਆਪੀ ਬਹੁਤ ਬਦਲਾਅ ਆ ਗਿਆ ਜੀ ਕੰਟਰੀ ਦੇ ਵਿੱਚ ਆ ਕੇ ਸਿੱਖਣ ਨੂੰ ਉਹ ਕੁਝ ਮਿਲਦਾ ਜੀ ਉਰੇ ਆ ਕੇ ਜਿੱਦਾਂ ਭਾਜੀ ਤੁਸੀਂ ਕਦੇ ਸੋਚਿਆ ਵੀ ਹਾਂ ਵੀ ਇਨ ਫਿਊਚਰ ਅੱਜ ਦੇ ਟਾਈਮ ਜਿਵੇਂ ਚੱਲਦਾ ਪਿਆ ਚਲੋ ਚੱਲਦਾ ਤੇ ਨਹੀਂ ਆਪੋ ਆਪਣੀ ਸੋਚ ਆ ਵੀ ਕਦੇ ਸੋਚਿਆ ਵੀ ਹਾਂ ਕੋਈ ਨਹੀਂ ਐਨੇ ਸਾਲ ਲਾ ਕੇ ਪਿੰਡ ਮੁੜ ਜਾਣਾ ਵੀ ਉੱਥੇ ਜਿਵੇਂ ਅੱਜ ਕਾਰੇ ਵਾਰਸ ਮਾਈਗ੍ਰੇਸ਼ਨ ਚੱਲੀ ਜਾਂਦਾ ਚਲੋ ਬਾਕੀ ਆਪੋ ਆਪਣੇ ਭਾਗ ਆ ਹਰੇਕ ਦੇ ਜਿੱਦਾਂ ਮਨਚਾ ਵੀ ਸੋਚਿਆ ਹੀ ਹੁੰਦਾ ਵਾ ਵੀ ਤੁਸੀਂ ਕੀ ਸੋਚਿਆ ਆਉਣ ਵਾਲੇ ਸਮੇਂ ਬਾਰੇ ਵੀ ਕਦੇ ਹਾਂ ਮੈਂ ਇਹ ਗੱਲ ਸੋਚਦਾ ਹੁੰਦਾ ਕਈ ਵਾਰ ਵੀ ਆਪਣੇ ਪੰਜਾਬ ਵਿੱਚ ਮੇਰੇ ਹਿਸਾਬ ਨਾਲ ਕਿਉਂਗੀ ਉੱਥੇ ਰਹਿਣਾ ਮੈਨੂੰ ਵਧੀਆ ਲੱਗਦਾ ਜੀ ਕਿਉਂਕਿ ਉੱਥੇ ਸਾਡੇ ਮਾ ਮਾਤਾ ਪਿਤਾ ਸਾਡੇ ਰਿਸ਼ਤੇਦਾਰ ਬਹੁ ਜਣੇ ਰਹਿੰਦੇ ਜੀ ਆਪਾਂ ਇੱਥੇ ਆ ਕੇ ਇਕੱਲੇ ਹੀ ਆ ਜੀ ਹੋਰ ਹੈ ਨਾ ਕਿਉਂਕਿ ਇੱਥੇ ਆਪਣੇ ਯਾਰ ਦੋਸਤ ਹੀ ਸਾਡੀ ਫੈਮਲੀ ਬਣਦੀ ਜੀ ਜੋ ਇੱਥੇ ਸਾਡੇ ਰਿਸ਼ਤੇਦਾਰ ਹੈ ਨਾ ਉੱਥੇ ਰਹਿ ਕੇ ਵੀ ਆਪਣਾ ਹੁਣ ਸਾਡੇ ਜਿੱਦਾ ਜ਼ਮੀਨ ਵੀ ਹੈਗੀ ਹੈ ਜੀ ਫੇਰ ਬੰਦਾ ਜਦੋਂ ਇੱਥੇ ਕਾਫੀ ਕੰਮ ਕਰ ਲੇ ਪਰ ਇਹ ਕੰਟਰੀਆਂ ਹੈਗੀ ਜੀ ਇੱਥੇ ਤੁਹਾਨੂੰ ਕੋਈ ਜਿੱਦਾ ਕੋਈ ਰਿਟਾਇਰਮੈਂਟ ਵਾਲਾ ਮੇਰੇ ਸਾਹਮਣੇ ਕੰਮ ਨਹੀਂ ਹੈਗਾ ਜੀ ਉਰੇ ਲਗਾਤਾਰੀ ਚੱਲਣਾ ਪੈਣਾ ਜੀ ਹੈਨਾ ਤੇ ਜੇ ਤੁਸੀਂ ਇੱਥੇ ਇੱਕ ਇਹ ਕੰਟਰੀਆਂ ਜੀ ਇਹ ਵੀ ਤੁਸੀਂ ਕੋਈ ਵੀ ਕੰਮ ਕਰਨਾ ਤੁਹਾਨੂੰ ਲੋਨ ਲੈਣਾ ਪੈਂਦਾ ਜੀ ਉਹ ਲੋਨ ਨੂੰ ਲਾਣ ਲਈ ਮਤਲਬ ਬੰਦਰੀ ਸਾਰੀ ਜ਼ਿੰਦਗੀ ਚੱਲ ਜਾਂਦੀ 23 ਵਾਰ ਫਿਰ ਆਪਣੇ ਅੰਦਰ ਵਿਚਾਰ ਵੀ ਆਉਂਦਾ ਵੀ ਹਾਂ ਵੀ ਸਾਰੀ ਜ਼ਿੰਦਗੀ ਤਾਂ ਨਹੀਂ ਆਪਾਂ ਇਦਾਂ ਕੰਮ ਨਾ ਹੈਨਾ ਹੈਨਾ ਤੇ ਆਪਣਾ ਇੰਡੀਆ ਜਦੋਂ ਸਭ ਕੁਝ ਸਾਡੇ ਘਰ ਦੇ ਨਾਲ ਸਾਡੇ ਘਰ ਉਹ ਘਰ ਬਣਿਆ ਵਾ ਸਾਡਾ ਸਭ ਕੁਝ ਹੀ ਤੇ ਫਿਰ ਬੰਦਾ ਉੱਥੇ ਜਾ ਕੇ ਰਹੂਗਾ ਆਰਾਮ ਨਾਲ ਹੈ ਨਾ ਤੇ ਇਹ ਚੱਕਰ ਹੈ ਜੀ ਬਾਕੀ ਆਪਾਂ ਹੁਣ ਮੈਂ ਤਾਂ ਕਈ ਵਾਰ ਮੇਰੇ ਦਿਮਾਗ 'ਚ ਵੀ ਇਹ ਸੁਪਨਾ ਆਉਂਦਾ ਜੀ ਵਿਚਾਰ ਵੀ ਹਾਂ ਆਪਾਂ ਨੇ ਇੱਥੇ 8-10 ਸਾਲ ਲਾਣੇ ਤੇ ਫਿਰ ਆਪਣਾ ਵਾਪਸ ਚੱਲ ਜਾਣਾ ਤੇ ਵਧੀਆ ਜੀ ਆਪਣੀ ਕੰਟਰੀ ਨਾਲ ਰਹਿਣਾ ਚਾਹੀਦਾ ਕਹਿੰਦੇ ਜਿਸ ਮੁਲਕ ਦਾ ਖਾਈਏ ਉਹਨੂੰ ਮਾੜਾ ਨਹੀਂ ਆਪਾਂ ਮਾੜਾ ਨਹੀਂ ਕਹਿੰਦੇ ਨਾ ਜੀ ਪਰ ਇਹ ਵੀ ਇੱਥੇ ਸਾਨੂੰ ਦਿੱਤਾ ਹੀ ਬਹੁਤ ਕੁਝ ਹੈ ਇਹ ਮਾਲਕ ਨੇ ਇੱਥੇ ਆ ਕੰਟਰੀ ਤੇ ਅਸੀਂ ਉਹਦਾ ਕਈ ਵਾਰ ਸਾਡੇ ਵਿਚਾਰ ਆ ਜਾਂਦੇ ਵੀ ਆਪਾਂ ਚੱਲ ਜਣਾਂ ਦਾ 8-10 ਸਾਲ ਲਾ ਕੇ ਜਿੱਥੇ ਵਾ ਇਹ ਹੈ ਜੀ ਮੇਰਾ ਨਹੀਂ ਜੀ ਵਿਚਾਰ ਚੰਗੀ ਗੱਲ ਹੈ ਭਾਜੀ ਕਿਉਂਕਿ ਹਰੇਕ ਨੇ ਕੁਝ ਨਾ ਕੁਝ ਸੋਚਿਆ ਹੁੰਦਾ ਫਿਊਚਰ ਬਾਰੇ ਹਨ ਤੇ ਉਹੀ ਗੱਲਾਂ ਆਪਾਂ ਜੋ ਕਰਦੇ ਸੀ ਤੇ ਹੁਣ ਜਿੱਦਾਂ ਹੁਣ ਕਦੋਂ ਮਾਰਨਾ ਹੈ ਕਿਹੜਾ ਫਿਰ ਇੰਡੀਆ ਦਾ ਜਿਹੜਾ ਆਪਣਾ ਮੇਰਾ ਪਲਾਨ ਹੈਗਾ ਜੀ ਇਹ ਅਗਲੇ ਸਾਲ ਦਾ ਜੀ ਪਲਾਨ ਜਾਣ ਦਾ ਤੇ ਉਹਦੇ ਵਿੱਚ ਵੀ ਬਹੁਤ ਮਤਲਬ ਵੀ ਕਾਫੀ ਜਿਹਦਾ ਪਲਾਨ ਦੇ ਵਿੱਚ ਇਦਾਂ ਵੀ ਹੈ ਕਿ ਮੇਰੇ ਇੱਕ ਤਾਂ ਮੇਰੀ ਮੈਰਿਜ ਹੈ ਜੁਸ ਟਾਈਮ ਜੀ ਹਾਂਜੀ ਤੇ ਲਾਸਟ ਇਅਰ ਜਦੋਂ ਮੈਂ ਗਿਆ ਤਾਂ ਜਦੋਂ ਮੇਰੀ ਮੇਰੀ ਸਿਸਟਰ ਦੀ ਮੈਰਿਜ ਥੀ ਤੇ ਇਸ ਵਾਰ ਫਿਰ ਤੁਹਾਨੂੰ ਪਤਾ ਜੀ ਘਰ ਦੇ ਵੀ ਸੋਚਣ ਲੱਪਦੇ ਵੀ ਹੁਣ ਵਿਆਹ ਦੀ ਇਹਨੂੰ ਹੈ ਨਾ ਕਾਫੀ ਉਮਰ ਹੋ ਚੱਕੀ ਹੋਈ 24-25 ਸਾਲ ਦੀ ਉਮਰ ਹੋ ਗਈ ਤੇ ਜਦੋਂ ਫਿਰ ਮੈਂ ਆਪਣਾ ਇੰਡੀਆ ਜਾ ਕੇ ਜੇ ਹੁਣ ਮੇਰੀ ਮੈਰਿਜ ਹੈ ਤਾਂ ਫਿਰ ਮੈਂ ਅਗਲੇ ਸਾਲ ਜਾਊਂਗਾ ਇਫਾਰਮਿੰਟ ਦੇ ਵਿੱਚ ਠੀਕ ਹੈ ਭਾਈ ਜਿੱਦਾਂ ਇੰਡੀਆ ਤੇ ਆਪਾਂ ਰਾਤ ਨੂੰ ਮੈਨੂੰ ਲੱਗਦਾ ਕਦੀ ਬਾਹਰ ਨਹੀਂ ਨਿਕਲੇ ਹੁੰਨੇ ਜਦੋਂ ਛੋਟੀ ਉਮਰੇ ਸੀ ਉੱਥੇ ਨਾ 9 ਵਜਾਂ ਨੇ ਘਰੋਂ ਫੋਨ ਆਉਣ ਲੱਗ ਜਾਣਾ ਭਾਈ ਕਿੱਥੇ ਆ ਆ ਜਾ ਅੱਠ ਉਹਨਾਂ ਦਾ ਕਰਦੇ ਨੇ 8 ਵਜੇ ਨਹੀਂ ਦੇਣੇ ਅਸੀਂ ਸਿਆਲਾ ਚ ਠੰਡਾ ਪੈ ਜਾਣੀਆਂ ਧੁੰਦਾ ਪੈਣ ਲੱਗ ਜਾਨੀਆਂ ਨਹੀਂ ਨਾ ਸਿਆਲਾਂ ਦੇ ਵਿੱਚ ਨੇਰਾ ਛੇਤੀ ਪੈ ਜਾਣਾ ਕਦੇ ਇੱਥੇ ਨਹੀਂ ਤੁਸੀਂ ਸੋਚਿਆ ਰਾਤ ਨੂੰ ਕੰਮ ਤੇ ਆਏ ਹੋ 12 ਵਜੇ ਕਿਉਂ 1 ਵਜੇ ਕਿਉਂ ਕਦੇ ਮਨ ਚ ਗੱਲ ਆਈ ਹੋਏ ਵੀ ਮਨਾ ਕਿੱਥੇ ਲਗਿਆ ਫਿਰਦਾ ਕਿਹੜਾ ਟਾਈਮ ਹੋ ਗਿਆ ਚਲੋ ਇੱਥੋਂ ਤੱਕ ਕਿਸੇ ਨੇ ਘਰੋਂ ਫੋਨ ਵੀ ਨਹੀਂ ਕਰਨਾ ਕਿਹੜੇ ਟਾਈਮ ਆਇਆ ਕਿੱਥੇ ਆਇਆ ਕਿੱਥੋਂ ਆਇਆ ਕਦੇ ਸੋਚਿਆ ਇੱਥੇ ਆ ਕੇ ਰਾਤ ਨੂੰ ਹਾਂਜੀ ਕਈ ਵਾਰ ਜਦੋਂ ਰਾਤ ਨੂੰ ਕੰਮ ਦਾ ਕੰਮ ਫਿਨਿਸ਼ ਕਰਕੇ ਆਉਂਦਾ ਜੀ ਤੇ ਮੇਰੇ हिसाब ਨਾਲ ਕਿਉਂਕਿ ਸਾਡੀ ਜਿਹੜਾ ਮੇਰਾ ਕੰਮ ਇਹ ਹੁੰਦਾ ਹੀ ਰਾਤ ਨੂੰ ਫਿਨਿਸ਼ ਹੈ 10 ਵਜੇ 12 ਵਜੇ 2 ਵਜੇ ਤੇ ਇਹ ਕੰਮ ਕਰਨ ਨਾਲ ਜੀ ਫਿਰ ਇਦਾਂ ਵੀ ਬੰਦਰੀ ਆਦਤ ਬਣ ਜਾਂਦੀ ਕੋਈ ਵੀ ਚੀਜ਼ ਦੀ ਨਾ ਕਰ ਉਹ ਫਿਨਿਸ਼ ਕਰਨ ਦੀ ਤੇ ਫਿਰ ਜਦੋਂ ਘਰੇ ਆ ਕੇ ਫੇਰ ਦੇਖਣਾ ਘਰੇ ਕੁਝ ਹੈ ਨਹੀਂ ਬਣਾਇਆ ਬਣਾਇਆ ਤੇ ਰੋਟੀ ਲਾਣੀ ਜੀ ਆਟਾ ਗੁੰਨਣਾ ਮਤਲਬ ਵੀ ਬਹੁਤ ਔਖਾ ਲੱਗਦਾ ਜੀ ਕਹਿ ਦਿੰਦਾ ਉਹਦਾ ਰਾਤ ਨੂੰ ਪਰ ਇਹ ਕੰਟ ਦੇ ਵਿੱਚ ਸਾਰਾ ਦਿਨ ਰਾਤ ਮਤਲਬ ਵੀ ਕੋਈ ਇੱਥੇ ਮੈਨੂੰ ਲੱਗਦਾ ਨਹੀਂ ਫਰਕ ਆਇਆ ਕਿਉਂਕਿ ਕੋਈ ਜਿਹੜੇ ਉਹਦੇ ਰਾਤ ਨੂੰ ਕੰਮ ਕਰਦੇ ਕੋਈ ਰਾਤ ਦਿਨਾਂ ਨੂੰ ਕੰਮ ਕਰਦੇ ਨਾਲ ਪੰਜਾਬੀ ਭਾਈ ਦੇ ਵਿੱਚ ਜ਼ਿੰਦਗੀ ਦੇ ਵਿੱਚ ਆਪਾਂ ਫਸ ਚੁੱਕੇ ਆ ਇਸ ਟਾਈਮ ਤੇ ਕਈ ਵਾਰ ਮੈਂ ਚਾ ਤਿੰਨ ਚਾਰ ਲੈਣਾ ਪੜਦਾ ਹੁੰਦਾ ਜੀ ਕਹਿੰਦੇ ਆ ਦੇਖੋ ਤਾਂ ਆਸਾਨ ਹੈ ਜ਼ਿੰਦਗੀ ਪੜੋ ਤਾਂ ਗਿਆਨ ਹੈ ਜ਼ਿੰਦਗੀ ਤੇ ਦੇਖੋ ਤਾਂ ਕਈ ਵਾਰ ਸੁਪਨਾ ਹੈ ਜ਼ਿੰਦਗੀ ਪਰ ਜੇ ਚੰਗੀ ਤਰ੍ਹਾਂ ਆਪਣੇ ਲਾਈਫ ਜੀਵਾਂਗੇ ਤਾਂ ਆਸਾਨ ਹੈ ਜ਼ਿੰਦਗੀ ਇਹ ਤਿੰਨ ਚਾਰ ਲੈਣਾ ਕਈ ਵਾਰ ਮਨ ਚ ਤੇ ਆਉਂਦੀ ਵੀ ਆਪਣੀ ਜ਼ਿੰਦਗੀ ਨੂੰ ਬੈਲੈਂਸ ਨਾਲ ਜਿਉ ਤੁਸੀਂ ਤਾਂ ਵਧੀਆ ਜ਼ਿੰਦਗੀ ਜਿਉਓਗੇ ਬਿਲਕੁਲ ਭਾਜੀ ਆ ਤੁਹਾਡੀਆਂ ਲੈਣਾ ਬਹੁਤ ਵਧੀਆ ਲੱਗੀਆਂ ਤੇ ਮੈਨੂੰ ਵੀ ਜਿੱਦਾਂ ਚਿੱਤ ਆਇਆ ਕੋਈ ਥੋੜਾ ਜਿਹਾ ਜਿਵੇਂ ਆਪਾਂ ਗੱਲਾਂ ਕਰਦੇ ਸੀ ਰਾਤ ਨੂੰ ਕੰਮ ਤੋਣਾ ਕਿਸੇ ਦਾ ਫੋਨ ਨਹੀਂ ਆਉਣਾ ਵੀ ਕਦੋਂ ਆਉਣਾ ਕਿਵੇਂ ਆਉਣਾ ਚਲੋ ਯਾਰ ਦੋਸਤ ਹੈਗੇ ਇੱਥੇ ਉਹ ਆਪਣੀ ਤਾਂ ਪਰਿਵਾਰ ਆ ਇੱਕੋ ਵੀ ਉਵੇਂ ਇੱਕ ਦਿਨ ਮੈਂ ਵੀ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆ ਪਰ ਚਲੋ ਕੰਮ ਤੋਂ ਆਇਆ ਰਾਤੀ 12 1.5 ਵਜਾ ਦੀ ਤੇ ਮਾੜਾ ਮੋਟਾ ਕਈ ਵਾਰ ਲਿਖਣ ਦਾ ਸ਼ੌਂਕ ਬੰਦੇ ਦੇ ਮਨ 'ਚ ਚਲੋ ਲਿਖਣ ਦਾ ਸ਼ੌਂਕ ਤੇ ਨਹੀਂ ਕੁਝ ਕੁ ਲੈਣਾ ਹੁੰਦੀਆਂ ਗੱਲਾਂ ਹੁੰਦੀਆਂ ਉਹ ਦਿਲ ਚੋਂ ਬੰਦਾ ਸੋਚਦਾ ਅੰਦਰੋਂ ਅੰਦਰ ਹੀ ਪਰ ਜੇ ਲਿਖ ਲਿਓ ਬੰਦਾ ਉਹ ਫਿਰ ਬੰਦਾ ਕਹਿੰਦਾ ਵੀ ਕਿਸੇ ਨਾਲ ਸ਼ੇਅਰ ਕਰ ਲਾਂਗੇ ਐਵੇਂ ਮੈਂ ਰਾਤੀ ਕੰਮ ਤੋਂ ਆਇਆ ਰੋਟੀ ਲਈ ਰੋਟੀ ਖਾਧੀ ਫਿਰ ਬੈਠਾ ਸੋਚਿਆ ਤੇ ਲੈਣਾ ਕੁਝ ਕਿ ਚੇਤੇ ਆਈਆਂ ਵੀ ਜਦ ਵੀ ਰਾਤੀ ਕੰਮ ਤੋਂ ਆਵਾਂ ਜਦ ਵੀ ਰਾਤੀ ਕੰਮ ਤੋਂ ਆਵਾਂ ਚੇਤੇ ਆਵੇ ਬੇਬੇ ਦੀ ਰੋਟੀ ਨਾਲੇ ਬਾਪੂ ਦੀਆਂ ਗਾਲਾਂ ਚੇਤੇ ਆਵੇ ਬੇਬੇ ਦੀ ਰੋਟੀ ਨਾਲੇ ਬਾਪੂ ਦੀਆਂ ਗਾਲਾਂ ਕਾਸ਼ ਕੋਈ ਕੋਰਸ ਕਰ ਲੈਂਦਾ ਕਰਕੇ 12 ਕਾਸ਼ ਬਾਪੂ ਆਖੇ ਲੱਗ ਕੋਈ ਕੋਰਸ ਕੋਰਸ ਕਰ ਲੈਂਦਾ ਕਰਕੇ 12 ਪਰ ਪਰ ਉਹਦੋਂ ਉਮਰ ਵੀ ਨਿਆਣੀ ਸੀ ਖੂਨ ਵੀ ਤੱਤਾ ਸੀ ਪਰ ਉਹਦੋਂ ਉਮਰ ਨਿਆਣੀ ਸੀ ਖੂਨ ਵੀ ਤੱਤਾ ਸੀ ਇੱਕੋ ਰੱਟ ਲਾਈ ਸੀ ਜੋ ਕੁਛ ਮਰਜ਼ੀ ਹੋ ਜੇ ਇੱਥੇ ਆਉਣਾ ਪੱਕਾ ਸੀ ਤੇ ਹੁਣ ਜਦ ਵੀ ਸਵੇਰੇ అలਾਰਮ ਬੋਲੇ ਹੁਣ ਜਦ ਵੀ ਸਵੇਰੇ అలਾਰਮ ਬੋਲੇ ਇੱਕ ਵਾਰੀ ਤਾਂ ਲੱਗੇ ਬੇਬੇ ਆਖੇ ਉੱਠ ਪੁੱਤ ਚੱਲ ਸਕੂਲੇ ਇੱਕ ਵਾਰੀ ਤਾਂ ਲੱਗੇ ਬੇਬੇ ਆਖੇ ਉੱਠ ਪੁੱਤ ਚੱਲ ਸਕੂਲੇ ਫੇਰ ਜਦੋਂ ਫੇਰ ਜਦੋਂ ਅੱਖ ਨੂੰ ਖੋਲਿਆ ਫੇਰ ਜਦੋਂ ਦੂਜੇ అలਾਰਮ ਨਾਲ ਅੱਖ ਨੂੰ ਖੋਲਿਆ ਇੱਕ ਵਾਰੀ ਤਾਂ ਲੱਗੇ ਮਨਾ ਸਕੂਲ ਵਾਲਾ ਬਚਪਨ ਤਾਂ ਕਦੋਂ ਦਾ ਲੰਘ ਗਿਆ ਇਹ ਤਾਂ ਡਾਲਰਾਂ ਵਾਲਾ అలਾਰਮ ਆ ਬੋਲਿਆ ਸਕੂਲ ਵਾਲਾ ਬਚਪਨ ਤਾਂ ਕਦੋਂ ਦਾ ਲੰਘ ਗਿਆ ਇਹ ਤਾਂ ਕੰਮ ਵਾਲਾ అలਾਰਮ ਬੋਲਿਆ ਪਰ ਹੁਣ ਪਰ ਹੁਣ ਇਸ ਦੇਸ਼ ਨੇ ਵੀ ਬਹੁਤ ਕੁਝ ਦੇ ਦਿੱਤਾ ਹੁਣ ਨਿਊਜ਼ੀਲੈਂਡ ਨੇ ਵੀ ਬਹੁਤ ਕੁਝ ਦੇ ਦਿੱਤਾ ਇਨੂੰ ਵੀ ਮਾੜਾ ਕਹਿ ਸਕਦੇ ਨਾ ਜ਼ਿੰਦਗੀ ਇਦਾਂ ਦੇ ਮਕਾਮ ਤੇ ਪਹੁੰਚ ਗਈ ਹੁਣ ਤੇ ਜ਼ਿੰਦਗੀ ਇਦਾਂ ਦੇ ਮਕਾਮ ਤੇ ਪਹੁੰਚ ਗਈ ਇਸ ਤੋਂ ਬਿਨਾ ਵੀ ਰਹਿ ਸਕਦੇ ਨਾ ਇਸ ਤੋਂ ਬਿਨਾ ਵੀ ਰਹਿ ਸਕਦੇ ਨਾ ਕੀ ਵਾਹ ਸਹੀ ਗੱਲ ਹੈ ਬਾਜੀ ਉਹੀ ਭਾਜੀ ਦਿਲ ਦੀਆਂ ਗੱਲਾਂ ਨਹੀਂ ਤਾਂ ਬੰਦਾ ਦਿਲ 'ਚ ਰੱਖ ਲੈਂਦਾ ਪਰ ਜੇ ਲਿਖਣ ਤੇ ਲਾਈਏ ਉਹੀ ਦਿਲ ਦੀਆਂ ਗੱਲਾਂ ਬੰਦਾ ਸ਼ੇਅਰ ਕਰ ਲੈਂਦਾ ਤੇ ਹੁਣ ਭਾਜੀ ਕਿੱਦਾਂ ਚੱਲਦੀ ਜ਼ਿੰਦਗੀ ਕਿੱਦਾਂ ਵਰਕ ਵਿਜੀ ਤੋਂ ਬਾਅਦ ਹੁਣ ਕੀ ਸਟੇਟਸ ਤੁਹਾਡਾ ਫਿਰ ਹਾਂਜੀ ਹੁਣ ਭਾਈ ਹੁਣ ਆਪਾਂ ਪੀਆਰ ਹੋ ਗਏ ਜੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਤੇ ਪਰ ਉਹ ਵਰਕ ਪੇਮੈਂਟ ਦੇ ਨਾਲ ਵੀ ਆਰ ਦਾ ਕੋਈ ਜਿਆਦਾ ਫਰਕ ਨਹੀਂ ਹੈਗਾ ਕਿਉਂਕਿ ਬਸ ਇੱਕ ਬੰਦੇ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ ਤੇ ਇੱਕ ਕਾਮਕਾਰ ਦਾ ਆਪਾਂ ਨੂੰ ਉਹੀ ਜਿਆਦਾ ਵਰਕ ਪੇਮੈਂਟ ਵਾਲੇ ਕਰਨੇ ਪੈਂਦਾ ਜੀ ਤੇ ਇੱਕ ਵਾਰ ਮੈਂ ਸੁਣਾਉਣਾ ਫਨੀ ਇਨਸੀਡੈਂਟ ਦਾ ਜੀ ਜੁਰੇ ਹਾਂਜੀ ਵੀਰੇ ਜਰੂਰ ਜੀ ਜਰੂਰ ਇੱਕ ਵਾਰ ਜੀ ਜਦੋਂ ਹੁਣ ਆਪਾਂ ਉੱਥੇ ਕੰਮ ਕਰਦੇ ਨਾ ਇੱਕ ਵਾਰ ਮੈਨੂੰ ਡੈਰੀ ਸ਼ੋਪ ਤੇ ਕੰਮ ਕਰਨ ਦਾ ਮੌਕਾ ਮਿਲੇ ਆ ਤੇ ਚਲੋ ਆਪਾਂ ਨੇ ਵੀ ਕਿਉਂਕਿ ਆਪਾਂ ਇੰਡੀਆਈ ਡੈਰੀ ਸ਼ੋਪ ਨੂੰ ਕਹਿੰਦੇ ਜਿੱਥੇ ਆਪਾਂ ਦੁੱਧ ਲੈਣ ਜਾਂਦੇ ਹਾਂ ਨਾ ਪਰ ਐਸੇ ਜਿਹੜੀ ਡੈਰੀ ਸ਼ੋਪ ਆ ਜੀ ਇੱਥੇ ਜਿਵੇਂ ਸਭ ਕੁਝ ਮਿਲਦਾ ਜੀ ਇਹ ਤੇ ਮੈਨੂੰ ਉਥੇ ਜੋ ਮਿਲ ਗਈ ਜੀ ਪੈਨਰੋਸ ਦੇ ਵਿੱਚ ਤੇ ਜਦੋਂ ਮੈਂ ਉਥੇ ਕੰਮ ਕਰਨ ਲੱਗਿਆ ਤੇ ਇੱਕ ਕਸਟਮਰ ਆਇਆ ਮੈਨੂੰ ਕਹਿੰਦਾ ਵੀ ਮੈਨੂੰ ਸਵਿੱਚ ਦੇ ਕਿਉਂਕਿ ਆਪਾਂ ਸਵਿੱਚ ਆਪਾਂ ਉਹਨੂੰ ਕਹਿੰਦੇ ਜਿੱਦਾਂ ਆਪਾਂ ਇੰਡੀਆ 'ਚ ਆਪਣਾ ਲਾਈਟ ਨੂੰ ਬੰਦ ਕਰਦੇ ਓਨ-ਆਫ ਵਾਲਾ ਸਵਿੱਚ ਉਹਨੂੰ ਕਹਿ ਦਿੰਦੇ ਉਹਨੇ ਮੈਨੂੰ ਸਵਿੱਚ ਨਾਮ ਲਿਆ ਜੀ ਨਾ ਤੇ ਮੈਂ ਥੋੜਾ ਜਿਹਾ ਆਪਣਾ ਦੂਆ ਸਵਿੱਚ ਲੱਭਣ ਲੱਗ ਪਿਆ ਜੀ ਡੈਰੀ ਸ਼ੋਪ 'ਚ ਵਿੱਚ ਜਾ ਕੇ ਤੇ ਤੇ ਜਦੋਂ ਫਿਰ ਜਿਹੜੇ ਉਹ ਜਿਹਦੇ ਮਾਲਕ ਤੇ ਜੀ ਉਹ ਸ਼ੋਪ ਦੇ ਉਹ ਮੇਰੇ ਨਾਲ ਹੀ ਖੜੇ ਉਹ ਕਹਿੰਦੇ ਵੀ ਨਹੀਂ ਇਹ ਉਹ ਸਵਿੱਚ ਮੰਗਦਾ ਵੀ ਇਹ ਇੱਥੇ ਥੋੜਾ ਸ ਤੇ ਉਹ ਤਮਾਕੂ ਦੀ ਗੱਲ ਕਰ ਦਦਾ ਜੀ ਜਦੋਂ ਮੈਂ ਕਹਾ ਤਮਾਕੂ ਵੀ ਇਹ ਡੈਰੀ ਸ਼ਾਪਾਂ ਦੇ ਤਮਾਕੂ ਕੋਲੋਂ ਮਿਲਦਾ ਜੀ ਫੇਰ ਹੁਣੀ ਜਦੋਂ ਥੋੜੀ ਪਿਛੇ ਵਾਲਾ ਆਪਣਾ ਪਿਛੇ ਸ਼ਟਰ ਖੋਲਿਆ ਜੀ ਤਮਾਕੂ ਵਾਲਾ ਹੈ ਨਾ ਤੇ ਉਹਦੇ ਵਿੱਚ ਸਹੀ ਟੈਂ ਛਿਕਟਾ ਭਰੀਆਂ ਪਈਆਂ ਪਈਆਂ ਦੀ ਪਰ ਮੇਰਾ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਹਰੇਕ ਬੰਦੇ ਦਾ ਆਪਣਾ ਇੱਕ ਨਿੱਜੀ ਫੈਸਲਾ ਹੁੰਦਾ ਜੀ ਮੇਰਾ ਜਮੀਰ ਨਹੀਂ ਮੰਨਦਾ ਜੀ ਮੈਂ ਕਿਸੇ ਨੂੰ ਤਮਾਕੂ ਵੇਚਾਂ ਜੀ ਤੇ ਉਹ ਚਲੋ ਉਸ ਟਾਈਮ ਉਹ ਨੂੰ ਫੇਰ ਹੁਣੀ ਦੇ ਦਿੱਤਾ ਕਸਟਮਰ ਨੂੰ ਉਹ ਵੀ ਸਵਿਚ ਦੇ ਦਿੱਤਾ ਜੀ ਨਹੀਂ ਹੈ ਨਾ ਤਮਾਕੂ ਦੀ ਪਰੇ ਕੰਟ ਦੇ ਵਿੱਚ ਵੀ ਮਤਲਬ ਸਿਗਰਟ ਬਹੁਤ ਚੋਰੀ ਹੁੰਦੀ ਜੀ ਤੇ ਡੈਲੀ ਸ਼ੋਪਰ ਵਿੱਚ ਖਤਰਾ ਵੀ ਹੈਗਾ ਜਿਹੜੇ ਕੰਮ ਕਰਦੇ ਉੱਥੇ ਤੇ ਉਹ ਕੰਮ ਐਸ਼ੀ ਛੱਡਦਾ ਜੀ ਉੱਥੇ ਦੋ ਦਿਨ ਮੈਂ ਕਈ ਜੋਬਾਂ ਕੀਤੀ ਜਿਹੜੀ ਮੈਂ ਇੱਕ ਇੱਕ ਦੋ ਦਿਨ ਕੀਤਾ ਜਿਹਨੇ ਮੈਂ ਛੱਡਤੀਆਂ ਤੇ ਉਹ ਫਿਰ ਮੈਨੂੰ ਤਾਂ ਚੰਗੇ ਲਈ ਕਿਹਾਉਂਗੀ ਸਾਡੇ ਗੁਰੂ ਨੇ ਵੀ ਕਿਹਾ ਜੀ ਤੇ ਮੈਨੂੰ ਆਪ ਵੀ ਚੰਗਾ ਨਹੀਂ ਲੱਗਿਆ ਮੈਂ ਕਿਸੇ ਤਮਾਕੂ ਵੇਚ ਜਿਹਦੇ ਨਾਲ ਕਿਸੇ ਜ਼ਿੰਦਗੀ ਖਰਾਬ ਹੋਵੇ ਤੇ ਆਪਾਂ ਨੂੰ ਨਸ਼ੇ ਪਤ ਤੇ ਦੂਰੀ ਰਹਿਣਾ ਚਾਹੀਦਾ ਜੀ ਕਿਉਂਕਿ ਆਪਾਂ ਨੂੰ ਚੰਗਾ ਵਧੀਆ ਜੀਵਨ ਮਿਲੇ ਜੀ ਸਾਨੂੰ ਇਸ ਰਿਸਪੈਕਟ ਹੈ ਨਾ ਆਪਾਂ ਨੂੰ ਤਿਆਰ ਰੱਖਣਾ ਚਾਹੀਦਾ ਜ ਤੇ ایکسپੀਰੀਅੰਸ ਦਾ ਫਿਰ ਬਾਲਾ ਬੋਲਦਾ ਨਾ ਹਾਂਜੀ ਹਾਂਜੀ ਭਾਈ ਗੋਜੋਬਾ ਸਟੂਡੈਂਟ ਲਾਈਫ ਦੇ ਵਿੱਚ ਆ ਕੇ ਇੱਕ ਹੈ ਨਾ ਤੇ ਕਲੀਨਿੰਗ ਦੀ ਜੌਬ ਹੋ ਗਈ ਜੀ ਡੈਰੀ ਸ਼ਾਪ ਹੋ ਗਈ ਜੀ ਤੇ ਖੇਤਾਂ 'ਚ ਵੀ ਕੰਮ ਕੀਤਾ ਜੀ ਤੇ ਬਾਕੀ ਟਰੱਕਿੰਗ ਦੇ ਵਿੱਚ ਫਿਰ ਮੈਂ ਆ ਗਿਆ ਜੀ ਟਰੱਕਿੰਗ ਵੀ ਕਰਦਾ ਰਿਹਾ ਜੀ ਟੈਂਟਾਂ ਦਾ ਕੰਮ ਵੀ ਕੀਤਾ ਜੀ ਉਹਦੇ ਮਤਲਬ ਵੀ ਇਹ ਵੀ ਬੰਦਾ ਹੰਡ ਜਾਂਦਾ ਜਿਹਦਾ ਕਹਿੰਦੇ ਕੱਢ ਜਾਂਦਾ ਵੀ ਜਦੋਂ ਇੱਥੇ ਵੀ ਮਜ਼ਦੂਰੀ ਹੁੰਦੀ ਜੀ ਇਹਨਾਂ ਵੀ ਚਲੋ ਜਿਹੜੀ ਜੋਬ ਮਿਲਦੀ ਕਰਨ ਲੋਇਆ ਨਾ ਕਿਉਂਕਿ ਉਸ ਟਾਈਮ ਫੀਸ ਭਰਨ ਦਾ ਇੱਕ ਆਪਣੇ ਅੰਦਰ ਬਹੁਤ ਵੱਡਾ ਹੁੰਦਾ ਸੀ ਕਹਿੰਉਂਗੇ ਆਪਾਂ ਪੈਸੇ ਇਹਨੇ ਪਹਿਲਾਂ ਲਾ ਦਿੱਤੇ ਹੁੰਦੇ ਵੀ ਦੁਆਰਾ ਇੰਡੀਆ ਸਾਨੂੰ ਚੰਗਾ ਨਹੀਂ ਲੱਗਦਾ ਵੀ ਦੁਆਰਾ ਉਹ ਘਰ ਦੇ ਤੋਂ ਪੈਸੇ ਮੰਗੇ ਜਾਣ ਜਿਵੇਂ ਤੁਸੀਂ ਦੱਸਿਆ ਇੱਕ ਮਜਬੂਰੀ ਹੁੰਦੀ ਆ ਹੁਣ ਇਕੱਲੀ ਮਜਬੂਰੀ ਨਹੀਂ ਹੁੰਦੀ ਮਜਬੂਰੀ ਦੇ ਨਾਲ ਮਿਹਨਤ ਵੀ ਹੁੰਦੀ ਹੈ ਕਿਉਂਕਿ ਜਿਵੇਂ ਹੁਣ ਅੱਜ ਤੁਹਾਡਾ ਪੀਆਰ ਸਟੇਟਸ ਹੈ ਨਾ ਪੀਆਰ ਕਿਹੜਾ ਸਟੇਟਸ ਔਖਾ ਹੋ ਗਿਆ ਪਹਿਲਾਂ ਸਟੂਡੈਂਟ ਵੀਜ਼ਾ ਸਟੂਡੈਂਟ ਸਟੂਡੈਂਟ ਵੀਜ਼ੇ ਤੋਂ ਬਾਅਦ ਆਇਆ ਵਰਕ ਵੀਜ਼ਾ ਵਰਕ ਵੀਜ਼ੇ ਤੋਂ ਬਾਅਦ ਆਇਆ ਪੀਆਰ ਵੀਜ਼ਾ ਇਹਦੇ ਪਿੱਛੇ ਮਿਹਨਤ ਬੋਲਦੀ ਆ ਹੁਣ ਚਲੋ ਆਪਾਂ ਇਹ ਪੋਡਕਾਸਟਾਂ 'ਚ ਆਪਾਂ ਇਹ ਗੱਲਾਂ ਕਰਨਾ ਚਾਹੁੰਦੇ ਆ ਵੀ ਮਿਹਨਤ ਦੇ ਮਿਹਨਤ ਦਾ ਫਲ ਤਾਂ ਜਰੂਰ ਮਿਲਦਾ ਮਿਹਨਤ ਕਰਨੀ ਵੀ ਚਾਹੀਦੀ ਹੈ ਹਿੰਮਤ ਨਹੀਂ ਹਾਰਨੀ ਚਾਹੀਦੀ ਹੁਣ ਕਈ ਵੀਰਾਂ ਭਰਾਵਾਂ ਨੂੰ ਮੈਂ ਜਾਣਦਾ ਚਲੋ ਹੁਣ ਮਿਹਨਤੀ ਉਹ ਵੀ ਸੀ ਪਰ ਹਿੰਮਤ ਹਾਰ ਜਾਂਦੇ ਆ ਕਿਉਂਕਿ ਮੈਂ ਹੁਣ ਕਾਲਜ ਦਾ ਟਾਈਮ ਕਾਲਜ ਦਾ ਟਾਈਮ ਕੁਝ ਇੱਕ ਇਦਾਂ ਦੇ ਮੇਰੇ ਸੱਜਣ ਮਿੱਤਰ ਸੀ ਜਿਹੜੇ ਉਹ ਟਾਈਮ ਹੀ ਹਿੰਮਤ ਹਾਰ ਗਏ ਉਹ ਕਿਉਂ ਹਾਰ ਗਏ ਹਿੰਮਤ ਉਹ ਇਹ ਸੋਚ ਕੇ ਹਿੰਮਤ ਹਾਰ ਗਏ ਵੀ ਸਟੱਡੀ ਬਹੁਤ ਔਖੀ ਹੈ ਵੀ ਨਹੀਂ ਹੋਣੀ ਵੀ ਨਾ ਮਣਾ ਇਹਦੇ ਨਾਲੋਂ ਕੁਝ ਕੀਤਾ ਜਾਏ ਹੁਣ ਕਈਆਂ ਨੂੰ ਮੈਂ ਜਾਣਦਾ ਸਟੱਡੀ ਛੱਡਣ ਦੇ ਕਾਰਨ ਉਹਨਾਂ ਨੂੰ ਇੰਡੀਆ ਮੁੜਨਾ ਪੈ ਗਿਆ ਕਿਉਂਕਿ ਇੰਡੀਆ ਮੁੜਨਾ ਸੌਖਾ ਨਹੀਂ ਐਨੇ ਪੈਸੇ ਲਾ ਕੇ ਆ ਪਾਈਦੇ ਆ ਤੇ ਬੜਾ ਵੱਡਾ ਜਿਗਰਾ ਚਾਹੀਦਾ ਉਹਦੇ ਪਿੱਛੇ ਕੀ ਸੀ ਮਿਹਨਤ ਜਾਂ ਹਿੰਮਤ ਚਲੋ ਮਿਹਨਤ ਤਾਂ ਵਿਚਾਰਿਆਂ ਨੇ ਕਰਨੀ ਸੀ ਹਿੰਮਤ ਨਹੀਂ ਹਾਰਨੀ ਚਾਹੀਦੀ ਜਿਵੇਂ ਹੁਣ ਕੁਝ ਕੇ ਗੱਲਾਂ ਸੀ ਵੀ ਆਂਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਉਂਕਿ ਜੇ ਪ੍ਰਮਾਤਮਾ ਨੇ ਆਪਾਂ ਨੂੰ ਇੱਥੇ ਭੇਜਿਆ ਆਪਣਾ ਦਾਣਾ ਪਾਣੀ ਲਿਖਿਆ ਸੀ ਤੇ ਕੋ ਸੋਚ ਸਮਝ ਕੇ ਭੇਜਿਆ ਹੋਵੇਗਾ ਵੀ ਜੇ ਆਪਾਂ ਉੱਥੇ ਨਹੀਂ ਤਰੱਕੀ ਕੀਤੀ ਆਪਣੇ ਸੁਪਨੇ ਪੂਰੇ ਕਰਨ ਇੱਥੇ ਆਏ ਆ ਤੇ ਪੈਰਾਂ ਤੇ ਖੜੇ ਹੋਣਾ ਆ ਤੇ ਐਵੇਂ ਹੀ ਕਹਿੰਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ ਕਿਉਂ ਕਈ ਵਾਰ ਆਪਣੀ ਮਿਹਨਤ ਦਾ ਫਲ ਪ੍ਰਮਾਤਮਾ ਨੇ ਦੋ ਪੰਨਿਆਂ ਤੇ ਲਿਖਿਆ ਹੁੰਦਾ ਜੇ ਹੁਣ ਹਿੰਮਤ ਕਰਦੇ ਪਏ ਆਪਾਂ ਜੇ ਆਪਾਂ ਹਿੰਮਤ ਕਰਦੇ ਹਾਰ ਗਏ ਤਾਂ ਉਹਨੂੰ ਦੂਜੀ ਵਾਰ ਜ਼ਰੂਰ ਟਰਾਈ ਕਰੋ ਕਈ ਵਾਰ ਆਪਣਾ ਪਹਿਲੇ ਪੰਨੇ ਤੋਂ ਹੀ ਆਪਾਂ ਹਿੰਮਤ ਹਾਰ ਜਾਂਦੇ ਆਂ ਕਿਉਂਕਿ ਆਂਦੇ ਪਹਿਲੇ ਪੰਨੇ ਤੋਂ ਹਿੰਮਤ ਨਹੀਂ ਹਾਰਨੀ ਚਾਹੀਦੀ ਦੂਜੇ ਪੰਨੇ ਤੇ ਜ਼ਰੂਰ ਪਹੁੰਚੋ ਕਿਉਂਕਿ ਦੂਜੇ ਪੰਨੇ ਤੇ ਆਪਣੀ ਸਫਲਤਾ ਲਿਖੀ ਹੁੰਦੀ ਹੈ ਹਾਂਜੀ ਸਹੀ ਗੱਲ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਵੀ ਹਰੇਕ ਜ਼ਿੰਦਗੀ ਦੇ ਕਹਿੰਦੇ ਗਏ ਗਾਣਾ ਵੀ ਸਰੀਵਨ ਮੈਂ ਆਟਾ ਗੁੰਨੇ ਦੇ ਕਿ ਲਾਇ ਤਣ ਕਦਲ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਤੇ ਬਾਈ ਹਰੇਕ ਬੰਦੇ ਨੂੰ ਆਪਣੇ ਜ਼ਿੰਦਗੀ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਤੇ ਇਹ ਕੰਟਰੀ ਉਹ ਆਪਣੇ ਨੂੰ ਮਿਹਨਤਾਂ ਮੁੱਲ ਮਿਲਦਾ ਵੀ ਹੈਗਾ ਜੀ ਤੇ ਆਪਣਾ ਹਰੇਕ ਬੰਦੇ ਨੂੰ ਇਸ ਨਾਲ ਮਿਲ ਕੇ ਰਹਿਣਾ ਚਾਹੀਦਾ ਜੀ ਕੌਂਕੀ ਬੰਦਾ ਇੱਥੇ ਅੱਜ ਕੱਲ ਇੱਥੇ ਆਪਣੀ ਯਾਰ ਦੋਸਤੀ ਸਾਡੀ ਫੈਮਿਲੀ ਹੁੰਦੀ ਹੈ ਤੇ ਇੱਕ ਦੂਏ ਦੇ ਨਾਲ ਹਰੇਕ ਦਾ ਨਾ ਪਿਆਰ ਨਾ ਰਹੋ ਤੇ ਆਪਣਾ ਸਾਨੂੰ ਪਤਾ ਪੰਜਾਬੀ ਦਾ ਸੁਭਾ ਖੁੱਲਾ ਰਹਿੰਦਾ ਜੀ ਹੈ ਨਾ ਤੇ ਰਲ ਮਿਲ ਕੇ ਰਹੋ ਇਹ ਕੰਡ ਵਿੱਚ ਸਟਰਗਲ ਹੈ ਵੀ ਜਿੰਨੇ ਕਿਸ ਤੋਂ ਬਾਦੀ ਬਾਕੀ ਦੀ ਹੈਲਪ ਹੁੰਦੀ ਹੈ ਜੀ ਕਰੋ ਬੱਤ ਬਾਤ ਕਿਉਂਕਿ ਹਰੇਕ ਬੰਦੇ ਦੇ ਜਿਹੜਾ ਕੋਈ ਨਵੇਂ ਆਦੇ ਅੱਜ ਕੱਲ ਹਰੇਕ ਦੀ ਹੈਲਪ ਕੀਤੀ ਜਾਵੇ ਤੇ ਸਾਰੇ ਆਪਣੇ ਵੀ ਭਾਈ ਆ ਜੀ ਸਾਰਿਆਂ ਨੂੰ ਬੱਤ ਬਾਤ ਸੰਜੋਗ ਕਰੇ ਹਾਂ ਜੀ ਜਿਵੇਂ ਹੁਣ ਭਾਜੀ ਗੱਲ ਐਦਾ ਚਲੋ ਬਹੁਤ ਵਦੀਆਂ ਤੁਹਾਡੇ ਦਿਲ ਦੀਆਂ ਗੱਲਾਂ ਕੀਤੀਆਂ ਸਾਡਾ ਵੀ ਪਹਿਲਾ ਐਪੀਸੋਡ ਸੀ ਅੱਜ ਕੁਝ ਕੁ ਮੇਰੇ ਦਿਲ ਦੀਆਂ ਗੱਲਾਂ ਸੀ ਤੇ ਮੈਂ ਵੀ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਹੁਣ ਗੱਲਾਂ ਤਾਂ ਹੋਰ ਵੀ ਬੜੀਆਂ ਸੀ ਪਰ ਚੱਕਰੇ ਸੀ ਭੱਜਦੀ ਅੱਜ ਨਾਈਟ ਸ਼ਿਫਟ ਆ ਤੇ ਭਾਜੀ ਨੇ ਅੱਜ ਸਵੇਰੇ ਰਾਤੀ ਕੰਮ ਸਟਾਰਟ ਕਰਨਾ 1.5 ਵਜੇ ਪਰ ਹੁਣ ਕੀ ਐ ਚੱਕਰ ਕੀ ਬਣ ਗਿਆ 8.5 ਹੋ ਚੱਲਿਆ ਤੇ ਇਸ ਕਰਕੇ ਦਿਲ ਦੀਆਂ ਗੱਲਾਂ ਭਾਜੀ ਹੋਰ ਵੀ ਤੁਹਾਡੇ ਨਾਲ ਕਰਾਂਗੇ ਤੇ ਪਹਿਲੀ ਗੱਲ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਕੱਢਣ ਵਾਸਤੇ ਕਿਉਂਕਿ ਅੱਜ ਸੰਡੇ ਆ ਤੇ ਕਰਨਾ ਸੀ ਕੱਲ ਸੀ ਭਾਜੀ ਦਾ ਸ਼ੂਟ ਤੇ ਕੱਲ ਅਸੀਂ ਨਹੀਂ ਸੀ ਪ੍ਰਿਹਾਗੇ ਤੇ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਾਂ ਕਰਕੇ ਪਿੰਡ ਤੋਂ ਪ੍ਰਦੇਸ਼ ਦਾ ਸਫ਼ਰ ਚਲੋ ਮੇਰਾ ਵੀ ਅੱਜ ਪਹਿਲਾ ਐਪੀਸੋਡ ਸੀ ਮੇਰੇ ਤੋਂ ਵੀ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਮੈਨੂੰ ਲੱਗ ਗਿਆ ਸੀ ਪਤਾ ਜੋ-ਜੋ ਗਲਤੀਆਂ ਹੋਈਆਂ ਕਈ ਥਾਵਾਂ ਤੇ ਮੇਰੇ ਅੱਖਰ ਇੱਧਰ-ਉੱਧਰ ਹੋਏ ਸੀ ਪਰ ਕੋਈ ਨਾ ਏਕੜਾਪਾ ਨਾ ਕੋਈ ਫਿਲਮ ਬਣਾ ਰਹਿਆਂ ਨਾ ਕੋਈ ਇੰਟਰਵਿਊ ਕਰਦੇ ਆ ਇਹ ਤਾਂ ਸਿਰਫ ਦਿਲ ਦੀਆਂ ਗੱਲਾਂ ਕਰਦੇ ਸੀ ਕੁਝ ਇੱਕ ਮੇਰੇ ਦਿਲ 'ਚ ਗੱਲਾਂ ਸੀ ਕੁਝ ਇੱਕ ਜਿਨ੍ਹਾਂ ਨੇ ਸਫ਼ਰ ਤੈਅ ਕੀਤਾ ਉਹਨਾਂ ਨੂੰ ਸੱਦੇ ਆ ਉਹਨਾਂ ਨਾਲ ਗੱਲਾਂ ਕੀਤੀਆਂ ਇਸੇ ਕਰਕੇ ਹੁਣ ਅਜਾਜਤ ਉਹ ਭਾਈ ਨੇ ਵੀ ਜਾਣਾ ਤੇ ਅਸੀਂ ਤਾਂ ਵੇਲੇ ਅੱਜ ਕੋਈ ਚੱਕਰ ਨਹੀਂ ਮੇਰੀ ਤਾਂ ਛੁੱਟੀ ਸੀ ਅੱਜ ਤੇ ਹੁਣ ਇਸੇ ਨਾਲ ਹੀ ਦੂਜੀ ਐਪੀਸੋਡ ਪਿੰਡ ਤੋਂ ਪ੍ਰਦੇਸ਼ ਦੀਆਂ ਗੱਲਾਂ ਕਰਾਂਗੇ ਕਿਸੇ ਹੋਰ ਮੇਰੇ ਵੀਰ ਕਿਸੇ ਭੈਣ ਨਾਲ ਪਿੰਡ ਤੋਂ ਪ੍ਰਦੇਸ਼ ਦੇ ਸਫ਼ਰ ਦੀਆਂ ਭੁੱਲਾ ਚੁੱਕਾ ਨਹੀਂ ਮਾਫ਼ ਤੇ ਸਸਰੀਕਾਲ ਤੇ ਮਿਲਦੇ ਆ ਤੁਹਾਨੂੰ ਨਵੇਂ ਐਪੀਸੋਡ ਨਵੇਂ ਇਸ ਸਫ਼ਰ ਦੇ ਰਾਹੀ ਨਾਲ ਤੇ ਸਸਰੀਕਾਲ ਜੀ